वाहे गुरु जी का खालसा वाहे गुरु जी की फतेह महाराज सच्चे पातशाह बखश्स कर दे हमरे देवण सिमरन हर कीर्तन हाँ हर बिन रह ना सक्यो एक खिन जैसे हंस सरवर बिन रह सके। ਤੈਸੇ ਹਰ ਜਨ ਕਿਉ ਰ ਹੈ ਹਰ ਸੇਵਾ ਬਿਨ ਕਿਨਹੂ ਪ੍ਰੀਤ ਲਾਈ ਦੂਜਾ ਭਾਉ ਰਿਦਦਾਰ ਕਿਨਹੂ ਪ੍ਰੀਤ ਲਾਈ ਮੋਹ અપਮਾਨ ਹਰ ਜਨ ਪ੍ਰੀਤ ਲਾਈ ਹਰ ਨਿਰਵਾਣ ਪਦ ਨਾਨਕ ਸਿਮਰਤ ਹਰ ਹਰ ਭਗਵਾਨ ਸਚੇ ਪਾਤਸ਼ਾਹ ਜੀ ਬਚਨ ਕਰਦੇ ਆ ਇਹ ਗੁਰਮਖ ਦੀ ਅਵਸਥਾ ਦੀ ਪਹਿਚਾਣ ਹੈ ਕਿ ਉਸ ਦੇ ਮੁਖ ਦੇ ਵਿੱਚ ਹਮੇਸ਼ਾ ਗੁਰੂ ਦੇ ਮੰਤਰ ਦੀ ਆਵਾਜ਼ ਅਤੇ ਉਸ ਦੀ ਸੁਰਤੀ ਉਸ ਦੇ ਧਿਆਨ ਦੀ ਇਕਾਗਰਤਾ ਉਸ ਦੇ ਸਰਵਣਾ ਵਿੱਚ ਰਹਿੰਦੀ ਹੈ ਕਿਉਂਕਿ ਕਲਯੁਗ ਦੇ ਵਿੱਚ ਐਸਾ ਖੇਡ ਸੰਸਾਰੀ ਤੌਰ ਤੇ ਵਾਪਰ ਰਿਹਾ ਹੈ ਕਿ ਮਨੁੱਖ ਦਾ ਸੰਸਾਰ ਦੇ ਵਿੱਚ ਰਹਿਣਾ ਔਖਾ ਹੋ ਗਿਆ ਕਿਉਂਕਿ ਜੋ ਸੰਸਾਰੀ ਰਿਸ਼ਤੇ ਆ ਉਹਨਾਂ ਦੇ ਵਿੱਚ ਦੁਬਧਾ ਦਾ ਵਧਣਾ ਜੋ ਸੰਸਾਰੀ ਮਾਇਆ ਹੈ ਉਸ ਦੇ ਭੋਗ ਵਿਲਾਸਾਂ ਦਾ ਵਧਣਾ ਸੋ ਕੁ ਸਹੂਲਤਾ ਸੰਸਾਰ ਦੇ ਵਿੱਚ ਇੰਨੀਆਂ ਹੋ ਗਈਆਂ ਕਿ ਹਰ ਇੱਕ ਜੀਵ ਸੰਸਾਰ ਦੇ ਵਿੱਚ ਖੁਸ਼ੀ ਦੇ ਨਾਲ ਟਾਈਮ ਨਹੀਂ ਕੱਟ ਸਕਦਾ ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੇਖਿਆ ਕਿ ਆਉਣ ਵਾਲਾ ਜਿਹੜਾ ਸਮਾਂ ਹੈ ਹੁਣ ਕਲਯੁਗ ਦੇ ਵਿੱਚ ਸ਼ੁਰੂ ਹੋ ਚੁੱਕਿਆ ਹੈ ਇਸ ਦੇ ਵਿੱਚ ਕਲਯੁਗ ਨੇ ਇੰਨੀ ਤੇਜ਼ੀ ਲੈ ਆਣੀ ਹੈ ਇੰਨੀ ਦੁੱਬਦਾ ਵਧਾ ਦੇਣੀ ਆ ਕਿ ਪਰਿਵਾਰਾਂ ਦੇ ਵਿੱਚੋਂ ਤਪਾਕ ਪਿਆਰ ਖਤਮ ਕਰ ਦੇਗਾ ਕਲਯੁਗ ਆਪਣੀਆਂ ਸਹੂਲਤਾਂ ਦੇ ਕੇ ਜੀਵਾਂ ਦਾ ਧਿਆਨ ਇੱਕ ਦੂਜੇ ਦੀ بجائے ਸਹੂਲਤਾਂ ਦੇ ਵਿੱਚ ਕਲਾ ਦੇ ਵਿੱਚ ਮਸ਼ੀਨਾਂ ਦੇ ਵਿੱਚ ਲੈ ਜਾਏਗਾ ਜਿਸ ਦੇ ਨਾਲ ਸਾਡੇ ਮਨਾਂ ਦਾ ਬੈਲੈਂਸ ਡਿਸਟਰਬ ਹੋ ਜਾਏਗਾ ਮਨ ਜਿਹੜੇ ਨੇ ਉਹ ਦੁਖੀ ਹੋ ਜਾਣਗੇ ਕਿਉਂਕਿ ਪਦਾਰਥ ਦੇ ਨਾਲ ਜੁੜ ਜਾਣਾ ਇੱਕ ਦੂਜੇ ਦੀ ਪਰਥਾਇਆ ਦੁਬਧਾ ਰੱਖਣੀ ਸਿਮਰਨ ਤੋਂ ਟੁੱਟ ਜਾਣਾ ਇਹ ਕਲਯੁਗ ਦੀ ਇੱਕ ਬੜੀ ਵੱਡੀ ਚਾਲ ਹੈ ਹੁਣ ਇਸ ਤਰ੍ਹਾਂ ਦੀ ਕਾਲ ਦੀ ਜਿਹੜੀ ਇਹ ਖੇਡ ਹੈ ਸਾਜ਼ਿਸ਼ ਨੂੰ ਦੇਖਦੇ ਹੋਇਆ ਮਹਾਰਾਜ ਨੇ ਐਸੀ ਕਿਰਪਾ ਕੀਤੀ ਕਿ ਉਹਨਾਂ ਨੇ ਕਲਯੁਗ ਦੇ ਵਿੱਚ ਨਾਮ ਦੇ ਖਜ਼ਾਨੇ ਨੂੰ ਬਹੁਤ ਵੱਡੇ ਇੱਕ ਖਜ਼ਾਨੇ ਦੇ ਤੌਰ ਤੇ ਖੋਲ ਦਿੱਤਾ ਬਹੁਤ ਵੱਡੇ ਖਜ਼ਾਨੇ ਦੇ ਤੌਰ ਤੇ ਉਹਨਾਂ ਨੇ ਕਿਹਾ ਬੇਸ਼ੱਕ ਹੋਰ ਸਾਰੇ ਯੁਗਾਂ ਦੇ ਵਿੱਚ ਨਾਮ ਅਤੇ ਸੱਚ ਦਾ ਖਜ਼ਾਨਾ ਚੱਲਦਾ ਰਿਹਾ ਹੈ ਸਹਜ ਦੇ ਆਧਾਰ ਤੇ ਜ਼ਿੰਦਗੀ ਜਿਉਣ ਦੇ ਲਈ ਕੋਸ਼ਿਸ਼ਾਂ ਹੋਈਆਂ ਨੇ ਪਰ ਜਿੰਨਾ ਨਾਮ ਦਾ ਖਜ਼ਾਨਾ ਕਲਯੁਗ ਦੇ ਵਿੱਚ ਖੋਲਿਆ ਜਾਂਦਾ ਹੈ ਉਹਨਾ ਪਿਛਲੇ ਤਿੰਨ ਯੁਗਾਂ ਦੇ ਵਿੱਚ ਨਹੀਂ ਖੋਲਿਆ ਮਹਾਰਾ ਹੀ ਕਹਿੰਦੇ ਸਤਜੁਗ ਤ੍ਰੇਤਾ ਦੁਆਪਰ ਪਣੀ ਹੈ ਕਲਯੁਗ ਉਤਮੋ ਯੁਗਮਾ ਹੈ ਕਲਯੁਗ ਉਤਮੋ ਯੁਗਮਾ ਹੈ ਕਹਿੰਦੇ ਜੇ ਸਤਜੁਗ ਤ੍ਰੇਤਾ ਦੁਆਪਰ ਤਿੰਨੇ ਯੁਗਾਂ ਦਾ ਰਿਜ਼ਲਟ ਕਢ ਲੀਏ ਜੋ ਕਲਯੁਗ ਹੈ ਇਹ ਸਭ ਤੋਂ ਉੱਤਮ ਹੈ ਪਿਛਲੇ ਤਿੰਨਾਂ ਯੁਗਾਂ ਤੋਂ ਮਾਰੇ ਕਹਿੰਦੇ ਐ ਕਰੇ ਸੋ ਐ ਕਰ ਪਾਏ ਕੋਈ ਨਾ ਪਕੜੀਏ ਕਿਸੇ ਥਾਏ ਇਹਦੇ ਵਿੱਚ ਕਰਮ ਦੇ ਫਲ ਦੀ ਜਿਹੜੀ ਹੈ ਉਹ ਪ੍ਰਾਪਤੀ ਬੜੀ ਛੇਤੀ ਹੋ ਜਾਂਦੀ ਆ ਜਿਹੜਾ ਆਪਾਂ ਕਰਮ ਕਰਦੇ ਆ ਉਸ ਦਾ ਫਲ ਬਹੁਤ ਛੇਤੀ ਪ੍ਰਾਪਤ ਹੁੰਦਾ ਹੈ। ਔਰ ਜੋ ਕਰਮ ਕਰਦਾ ਹੈ ਚਾਹੇ ਉਹ ਸੰਸਾਰੀ ਕਰਦਾ ਹੈ ਚਾਹੇ ਇਲਾਹੀ ਕਰਦਾ ਉਸੇ ਨੂੰ ਹੀ ਸੱਜਣ ਅਤੇ ਉਸੇ ਨੂੰ ਹੀ ਦੋਸ਼ੀ ਬਣਾਇਆ ਜਾਂਦਾ ਹੈ। ਦੂਜਿਆਂ ਉੱਪਰ ਜਿਸ ਤਰ੍ਹਾਂ ਪੁਰਾਣੇ ਸਮਿਆਂ ਦੇ ਵਿੱਚ ਕੋਈ ਮਾੜਾ ਕਰਮ ਕਰ ਦਿੰਦਾ ਉਸ ਦੇ ਪਰਿਵਾਰ ਸੰਗੀ ਸਾਥੀ ਸਭ ਨੂੰ ਦੋਸ਼ੀ ਬਣਾ ਕੇ ਉਹਨਾਂ ਦੀ ਨਿੰਦਿਆ ਕੀਤੀ ਜਾਂਦੀ। ਹੁਣ ਕਲਯੁਗ ਦੇ ਵਿੱਚ ਐਨੇ ਪਰਿਵਾਰਾਂ ਦਾ ਵਿਸਥਾਰ ਹੀ ਨਹੀਂ ਜੋ ਕਰਦਾ ਉਹ ਸਾਹਮਣੇ ਆ ਜਾਂਦਾ। ਪੁਰਾਣੇ ਸਮੇਂ ਦੇ ਵਿੱਚ ਜੇ ਕੋਈ ਪੁੰਨ ਕਰਦਾ ਉਸ ਦੀ ਕੁਲ ਉਸ ਦੇ ਰਿਸ਼ਤੇਦਾਰ ਉਸ ਦੇ ਭਾਈ ਭੈਣਾਂ ਨੂੰ ਦੇਖ ਕੇ ਉਹਨਾਂ ਨੂੰ ਵੀ ਇੱਕ ਉੱਤਮ ਦਰਜਾ ਦਿੱਤਾ ਜਾਂਦਾ ਪਰ ਅੱਜ ਜੇ ਕੋਈ ਪੁੰਨ ਕਰਦਾ ਚੰਗਿਆਈ ਕਰਦਾ ਹੈ ਉਹਦਾ ਫਲ ਉਸੇ ਨੂੰ ਹੀ ਉਸੇ ਦੀ ਸੁਭਾ ਹੁੰਦੀ ਸੰਸਾਰ ਵਿੱਚ ਦੂਜੇ ਨੂੰ ਕੋਈ ਜਾਣਦਾ ਹੀ ਨਹੀਂ ਪਹਿਲਾਂ ਕੁੱਲ ਨੂੰ ਜੀਵ ਨਾਲ ਲੈ ਕੇ ਚੱਲਦੇ ਸੀ ਹੁਣ ਇਸੇ ਤਰ੍ਹਾਂ ਕਲਯੁਗ ਦੇ ਵਿੱਚ ਜੋ ਖੇਡ ਚੱਲਦੀ ਹੈ ਇਸ ਦੇ ਵਿੱਚ ਕਲਾ ਬਹੁਤ ਵੱਡੇ ਲੈਵਲ ਤੇ ਚੱਲਦੀ ਆ ਸਹੂਲਤਾਂ ਬਹੁਤ ਵੱਡੇ ਲੈਵਲ ਤੇ ਚੱਲਦੀਆਂ ਪਰ ਮਹਾਰਾਜ ਸੱਚੇ ਪਾਤਸ਼ਾਹ ਇਹ ਸਭ ਦੇਖਦੇ ਆ ਕਿ ਜਿਹੜਾ ਸੰਸਾਰੀ ਜੀਵ ਬਣ ਕੇ ਇਹ ਬੱਚੇ ਮਨ ਬੱਚੇ ਉੱਥੇ ਸੰਸਾਰ ਚ ਖੇਡਣ ਗਏ ਆ ਇਹ ਉਲਝਣਾ ਜਾਣ ਉਹ ਬਰਾਬਰ ਤੇ ਉਹਨਾਂ ਨਾਮ ਤੇ ਸੱਚ ਦਾ ਲਾਹਾ ਵੀ ਪ੍ਰਗਟ ਕਰ ਦਿੰਦੇ ਆ ਹੁਣ ਜਿਵੇਂ ਪੁਰਾਤਨ ਵਿੱਚ ਆਪਾਂ ਸੁਣਦੇ ਆ ਕਿ ਬਹੁਤ ਲੰਬਾ ਲੰਬਾ ਸਮਾਂ ਸੇਵਾ ਕਰਕੇ ਜੀਵਾਨੂ ਗੁਰਮੰਤਰ ਦਾ ਭੇਜ ਦਿੱਤਾ ਜਾਂਦਾ ਬੜੀ ਲੰਬੀ ਸੇਵਾ ਕਰਕੇ ਅਤੇ ਬੜੀ ਔਖੀ ਸੇਵਾ ਕਰਵਾ ਕੇ ਕਰੜੀ ਕੱਲਣਾ ਕਰਵਾ ਕੇ ਮਾੜਾ ਮੋਟਾ ਜੀਵਾਨੂ ਭੇਜ ਦਿੱਤਾ ਜਾਂਦਾ ਬੜੇ ਬੜੇ ਸਾਲਾਂ ਬਾਅਦ ਹੁਣ ਗੁਰਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਤਾਂ ਸੰਸਾਰ ਦੇ ਵਿੱਚ ਆ ਕੇ ਸਿੱਧਾ ਧਿਆਨ ਹੀ ਜਿਹੜਾ ਹੈ ਉਹ ਸੱਚ ਦੇ ਉੱਪਰ ਲਵਾ ਦਿੱਤਾ ਨਾਦ ਦੇ ਵਿੱਚ ਲਵਾ ਦਿੱਤਾ ਹੈ ਅਨਹਦ ਬਾਣੀ ਦਾ ਦਸਵੇਂ ਕਰਦਾ ਇੰਨਾ ਖੁੱਲਾ ਪੇਤ ਦੇ ਦਿੱਤਾ ਹੈ ਜਿਹੜਾ ਚਾਰ ਵੇਦਾਂ ਦੇ ਵਿੱਚ ਵੀ ਨਹੀਂ ਸੀ ਦਿੱਤਾ ਗਿਆ ਇੰਨਾ ਖੁੱਲਾ ਅਤੇ ਉਹਨਾਂ ਨੇ ਪੇਤ ਆਪ ਦੇ ਜੀਵਨ ਵਿੱਚ ਆਪ ਤਾਂ ਦੱਸਿਆ ਹੀ ਆਪ ਦੇ ਜਾਣ ਤੋਂ ਬਾਅਦ ਵੀ ਉਹ ਪੇਤ ਚੱਲਦਾ ਰਹੇ ਉਹਨਾਂ ਨੇ ਆਪ ਬਚਨਾ ਨੂੰ ਗੁਰਬਾਣੀ ਰੂਪ ਦੇ ਵਿੱਚ ਆਪਣੇ ਸਨਮੁਖ ਪੇਸ਼ ਕਰ ਦਿੱਤਾ ਤੇ ਉਹਨਾਂ ਸਾਨੂੰ ਦੱਸਿਆ ਕਿ ਕਲਯੁਗ ਐਸੀ ਹਵਾ ਚਲਾਏਗਾ ਐਸੀ ਹਲੇਰੀ ਚਲਾਏਗਾ ਐਨੀ ਦੁਬਧਾ ਵਦਾ ਦੇਗਾ ਅਗਨ ਵਦਾ ਦੇਗਾ ਕਾਮ ਦੀਆਂ ਲਹਿਰਾਂ ਨਸ਼ੇ ਦੀਆਂ ਲਹਿਰਾਂ ਐਨੀਆਂ ਉੱਠਣਗੀਆਂ ਹਰ ਇੱਕ ਜੀਵ ਉਹਦੇ ਵਿੱਚ ਉਲਝਣਾ ਸ਼ੁਰੂ ਹੋ ਜਾਏਗਾ ਇਸ ਕਰਕੇ ਤੁਸੀਂ ਜੇਕਰ ਬਚਣਾ ਚਾਹੁੰਦੇ ਹੋ ਤਾਂ ਤੁਸੀਂ ਆਪ ਦੀ ਦੇਹੀ ਦੇ ਅੰਦਰ ਅਤੇ ਜੋ ਦੇਹੀ ਦੇ ਬਾਹਰ ਚੌਥਾ ਪਦ ਹੈ ਉਸ ਦਾ ਪੇਤ ਲੈ ਲਓ ਦਸਵੇਂ ਕਰਦਾ ਪੇਤ ਲੈ ਲਓ ਕਿਉਂਕਿ ਵਿਚਾਰ ਇੰਨੇ ਵੱਧ ਜਾਂਦੇ ਆ ਕਲਯੁਗ ਦੇ ਵਿੱਚ ਜੀਵ ਵਿਚਾਰਾਂ ਦੇ ਵਿੱਚ ਹੀ ਉਲਝਿਆ ਰਹਿੰਦਾ ਤੇ ਜੇਕਰ ਤੁਸੀਂ ਚੌਥੇ ਪਾਦ ਦਾ ਪੇਤ ਲੈ ਕੇ ਉਸ ਚੌਥੀ ਸੁਨ ਦਾ ਪੇਤ ਲੈ ਕੇ ਜੋ ਨਾਦ ਸਾਡੇ ਅੰਦਰ ਚੱਲਦਾ ਹੈ ਉਹਦਾ ਪੇਤ ਲੈ ਲੋਗੇ ਉਹਦੇ ਵਿੱਚ ਧਿਆਨ ਲਗਾਉਣਾ ਸ਼ੁਰੂ ਕਰਦੇ ਹੋਗੇ ਤੁਹਾਡੇ ਵਿਚਾਰ ਤੁਹਾਡੇ ਫੁਰਨੇ ਤੁਹਾਡੀਆਂ ਉਲਝਣਾ ਸਹਿਸ਼ੁਭਾਏ ਖਤਮ ਹੋ ਜਾਣਗੀਆਂ ਤੁਹਾਡੇ ਅੰਦਰ ਵਿਵੇਕ ਬੁੱਧ ਪ੍ਰਗਟ ਹੋ ਜਾਏਗੀ ਤੁਹਾਡੇ ਜੋ ਵੀ ਰੁਕੇ ਹੋਏ ਕਾਰਜ ਨੇ ਉਹ ਕਾਰਜ ਕਿਵੇਂ ਪੂਰੇ ਹੋਣੇ ਆ ਕਿਵੇਂ ਉਹਨਾਂ ਕਾਰਜਾਂ ਨੂੰ ਠੱਲ ਪੈਣੀ ਆ ਕਿਹੜੇ ਕਾਰਜ ਜਰੂਰੀ ਆ ਕਿਹੜੇ ਕਰਮ ਆਪਾਂ ਨਹੀਂ ਕਰਨੇ ਕਿਹੜੇ ਜਰੂਰੀ ਨਹੀਂ ਆ ਉਹ ਸਾਰਾ ਭੇਤ ਤੁਹਾਨੂੰ ਸਹਿਸ਼ਬਾਏ ਅੰਦਰੋਂ ਆਈ ਜਾਏਗਾ ਜੇ ਤੁਸੀਂ ਅੰਦਰੋਂ ਸ਼ਬਦ ਦੇ ਨਾਲ ਆਪਦੀ ਸੁਰਤੀ ਨੂੰ ਜੋੜ ਲਓਗੇ ਕਿਉਂਕਿ ਸ਼ਬਦ ਪੂਰਾ ਗੁਰੂ ਹੈ ਬਾਹਰੋਂ ਤੁਹਾਨੂੰ ਕਿਸੇ ਨੇ ਮਤ ਨਹੀਂ ਦੇਣੀ ਕਿਉਂਕਿ ਬਾਹਰੋਂ ਸਾਰੇ ਜੀਵ ਇੰਨੇ ਵਿਚਾਰਾਂ ਦੇ ਵਿੱਚ ਖੁੱਬ ਜਾਣਗੇ ਕਿ ਹਰ ਇੱਕ ਇੱਕ ਦੂਜੇ ਨੂੰ ਦੁੱਭਦਾਸ ਖਾਏਗਾ ਕਰੋਜ਼ ਖਾਏਗਾ ਕਾਮ ਦੀਆਂ ਗੱਲਾਂ ਕਰਨਗੇ ਵਪਾਰ ਦੀਆਂ ਧਨ ਦੌਲਤ ਦੀਆਂ ਗੱਲਾਂ ਕਰਨਗੇ ਇੱਕ ਦੂਜੇ ਨਾਲ ਝਗੜੇ ਕਰਨਗੇ ਬਾਹਰੋਂ ਕਹਿੰਦੇ ਤੁਸੀਂ ਖੋਗੇ ਕਲਯੁਗ ਦਾ ਮਾਹੌਲ ਐਸਾ ਹੈ ਦੂਜੇ ਨੂੰ ਝਗੜੇ ਵਿੱਚ ਪਿਆ ਹੋਇਆ ਦੇਖ ਕੇ ਤੁਹਾਡੇ ਅੰਦਰ ਵੀ ਅਗਨ ਬਲ ਜਾਏਗੀ ਹੁਣ ਇੱਕ ਨਹੀਂ ਦੋ ਨਹੀਂ ਸਾਰੇ-ਸਾਰੇ ਪਰਿਵਾਰਕ ਮੈਂਬਰ ਪਿੰਡ ਦੇ ਵਿੱਚ ਕਿਤੇ ਵੀ ਬੈਠ ਜਾਓ ਝਗੜੇ ਦੀ ਗੱਲ ਦੁਬਦਾ ਦੀ ਗੱਲ ਧੜਿਆਂ ਦੀ ਗੱਲ ਕਿਸ ਦਾ ਸੰਗ ਕਰੋਗੇ ਇਸ ਕਰਕੇ ਹੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਦਰਜ ਕਰਕੇ ਦਸਵੇਂ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰਨ ਗੁਰੂ ਦਾ ਦਰਜਾ ਦੇ ਦਿੱਤਾ ਔਰ ਮਹਾਰਾਜ ਦੀ ਬੀੜਾਂ ਦੀ ਛਪਾਈ ਜਦੋਂ ਛਾਪੇਖਾਨੇ ਨਹੀਂ ਸੀ ਹੁੰਦੇ ਸਪੈਸ਼ਲ ਗੁਰਮਖਾਂ ਨੂੰ ਬੁਲਾ ਕੇ ਉਹਨਾਂ ਨੂੰ ਹੁਕਮ ਲਾ ਕੇ ਵੀ ਵੱਧ ਤੋਂ ਵੱਧ ਮਹਾਰਾਜ ਦੀਆਂ ਬੀੜਾਂ ਦੀ ਸਿਪਾਈ ਕੀਤੀ ਜਾਏ ਤਾਂ ਕਿ ਜਿੰਨੇ ਮਹਾਰਾਜ ਦੇ ਸਰੂਪ ਤਿਆਰ ਹੋਣਗੇ ਉਹਨਾਂ ਹੀ ਸਿੱਖ ਸੰਗਤ ਦੇ ਕੋਲ ਪਹੁੰਚਣਗੇ ਹਰ ਇੱਕ ਜੀਵ ਪੜ ਕੇ ਇਹਦੇ ਵਿੱਚੋਂ ਸ਼ਬਦ ਦਾ ਦਸਵੇ ਕਰਦਾ ਨਾਮ ਦਾ ਆਪ ਦੀ ਦੇਹੀ ਦਾ ਭੇਤ ਲੈ ਕੇ ਆਪ ਦਾ ਪ੍ਰੈਕਟੀਕਲ ਕਰਦਾ ਜਾਏ ਸੁਖੀ ਹੁੰਦਾ ਜਾਏ ਨਿਕਲਦਾ ਜਾਏ ਇੱਕ ਤਾਂ ਇਸ ਸੰਸਾਰ ਦੇ ਵਿੱਚ ਜਿੰਨੀ ਦੇਰ ਤੱਕ ਆਪਾਂ ਰਹਿੰਦੇ ਆ ਜਿਹੜਾ ਜੀਵ ਗੁਰਮੰਤਰ ਜਪਦਾ ਹੈ ਗੁਰਮੰਤਰ ਜਪਣ ਤੋਂ ਬਾਅਦ ਜਿਹੜੇ ਜੀਵ ਨੂੰ ਚੌਥੇ ਪਦ ਦਾ ਦਸਵੇਂ ਕਰ ਦਾ ਬ੍ਰਹਮ ਗਿਆਨ ਦਾ ਭੇਤ ਆ ਗਿਆ ਇੱਕ ਤਾਂ ਜਿੰਨੀ ਦੇਰ ਤੱਕ ਆਪਾਂ ਜੀਵਨ ਚ ਰਹਿੰਦੇ ਆ ਉਹਦਾ ਇੱਥੇ ਜੀਵਨ ਦੇ ਵਿੱਚ ਰਹਿਣਾ ਸੌਖਾ ਹੋ ਜਾਂਦਾ ਹੈ ਕਿਉਂਕਿ ਉਸ ਨੂੰ ਪੰਜਾਂ ਦੂਤਾਂ ਦਾ ਭੇਤ ਆ ਗਿਆ ਉਸ ਨੂੰ ਗੁਰਮੰਤਰ ਜਪਣ ਦਾ ਭੇਤ ਆ ਗਿਆ ਤੇ ਜਦੋਂ ਜੀਵਨ ਦੇ ਵਿੱਚ ਚੱਲਦਾ ਹੈ ਉਸਦੇ ਜੀਵਨ ਦੇ ਵਿੱਚ ਕੋਈ ਵੀ ਦਿੱਕਤ ਆਉਂਦੀ ਹੈ, ਕਠਿਨਾਈ ਆਉਂਦੀ ਹੈ, ਖੇਤੀ ਦੀ, ਬੱਚਿਆਂ ਦੀ, ਬਿਜ਼ਨਸ ਦੀ, ਪੈਸੇ ਤੇਲੇ ਦੀ, ਸਰੀਰ ਦੀ, ਕਿਸੇ ਕਿੰਨੇ ਵਿਚਾਰ ਹੁੰਦੇ ਆ ਇੱਕ ਜੀਵਨ ਨੂੰ ਜਿਉਣ ਦੇ ਵਿੱਚ। ਹੁਣ ਜਿਹੜੇ ਜੀਵ ਨੇ ਨਾਮ ਜਪਣਾ ਸਿੱਖ ਲਿਆ ਉਹ ਸ਼ਬਦ ਦਾ ਅਭਿਆਸ ਕਰਕੇ ਪੰਜਾਂ ਦੂਤਾਂ ਨੂੰ ਦੂਰ ਕਰ ਦਿੰਦਾ ਉਹਨੂੰ ਪਤਾ ਹੈ ਕਿ ਜੀਵਨ ਤਾਂ ਮੈਨੂੰ ਮਾਲਕ ਨਹੀਂ ਦਿੱਤਾ ਹੈ, ਖਾਣ ਪੀਣ, ਹੱਸਣ ਖੇਡਣ ਲਈ ਉਹਨੇ ਹੀ ਮੈਨੂੰ ਦੇਣਾ ਹੈ। ਪਾਰੇ ਪੰਜੇ ਦੂਤ ਜਾਣ ਕਰਕੇ ਵਿੱਚ ਵਿਚਾਰ ਪੈਦਾ ਕਰਕੇ ਇਕਾਲ ਵਿਚਾਰ ਪੈਦਾ ਕਰਕੇ ਮੇਰੇ ਵਿਗੜਨ ਪਾ ਰਿਹਾ ਮੇਰੇ ਜੀਵਨ ਵਿੱਚ ਉਹ ਸ਼ਬਦ ਦਾ ਅਭਿਆਸ ਕਰਕੇ ਕੱਟ ਦਿੰਦਾ ਹੈ ਜਦੋਂ ਮਨ ਅਗਣ ਦੇ ਵਿੱਚ ਜਾਣ ਲੱਗਦਾ ਹੈ ਤੇ ਜਿਹੜੇ ਗੁਰਮਖ ਖਾਨੇ ਸਾਧ ਸੰਗਤ ਦੇ ਵਿੱਚ ਆ ਕੇ ਭੇਤ ਲੈ ਲਿਆ ਉਹ ਸ਼ਬਦ ਦਾ ਅਭਿਆਸ ਕਰਕੇ ਮਨ ਨੂੰ ਵਿੱਚ ਮਨ ਨੂੰ ਅਗਣ ਵਿੱਚ ਜਾਣ ਤੋਂ ਰੋਕਦੇ ਆ ਔਰ ਨਾਲੋਂ ਨਾਲ ਅੰਤਰ ਧਿਆਨ ਹੋ ਕੇ ਅਨਹਦ ਸ਼ਬਦ ਨੂੰ ਸੁਣ ਕੇ ਉਹ ਅਮਰਤ ਰਸ ਲੈ ਲੈਂਦੇ ਆ ਅਮਰ ਦੀ ਖੁਰਾਕ ਆਪ ਦੇ ਅੰਦਰ ਭੇਜ ਦਿੰਦੇ ਆ ਗੁਰਮਖ ਦਾ ਜੀਵਨ ਵੀ ਸੁਹੇਲਾ ਹੁੰਦਾ ਹੈ ਔਰ ਜਦੋਂ ਜੀਵਨ ਗੁਰਮੰਤਰ ਦੁਆਰਾ ਜਿਉਣਾ ਸ਼ੁਰੂ ਕਰ ਦਿੰਦਾ ਹੈ ਬ੍ਰਹਮ ਗਿਆਨ ਤੋਂ ਗਿਆਨ ਲੈ ਲੈ ਕੇ ਜਿਉਣਾ ਸ਼ੁਰੂ ਕਰ ਦਿੰਦਾ ਹੈ ਅਨਹਦ ਸ਼ਬਦਾਂ ਨੂੰ ਸੁਣ ਸੁਣ ਕੇ ਆਪ ਦੇ ਜੀਵਨ ਨੂੰ ਕੰਟਰੋਲ ਕਰਨਾ ਸ਼ੁਰੂ ਕਰ ਦਿੰਦਾ ਹੈ ਉਸ ਦੀ ਨਾਲੋਂ ਨਾਲ ਪ੍ਰਗਤੀ ਵੀ ਹੋਈ ਜਾਂਦੀ ਹੈ ਸੁਆਸੰਤਾ ਨਾਭ ਦਾ ਜਮਾ ਹੁੰਦਾ ਹੈ ਭਗਤੀ ਹੋਈ ਜਾਂਦੀ ਹੈ ਔਰ ਜਦੋਂ ਉਹਨੇ ਜਨਮ ਸੁਆਸੰਤਾ ਨੂੰ ਪੂਰਾ ਕਰਕੇ ਇਥੋਂ ਜਾਣਾ ਹੈ ਇੱਕ ਤਾਂ ਉਸਨੇ ਆਪਦੇ ਜੀਵਨ ਨੂੰ ਹੁਕਮ ਦੇ ਵਿੱਚ ਜਿਉਣਾ ਸਿੱਖਿਆ ਇੱਕ ਉਸਦਾ ਸਾਰਾ ਜੀਵਨ ਜਦੋਂ ਉਸ ਨੂੰ ਅਗਨ ਸੜਨ ਦੀ ਯਤਨ ਕਰਦੀ ਪੰਜੇ ਦੂਤ ਉਸ ਨੂੰ ਝਗੜੇ ਵਿੱਚ ਪਾਉਣ ਦੇ ਲਈ ਯਤਨ ਕਰਦੇ ਦੁਬਧਾ ਦੇ ਵਿੱਚ ਪਾਉਣ ਲਈ ਯਤਨ ਕਰਦੇ ਉਹ ਸ਼ਬਦ ਦਾ ਅਭਿਆਸ ਕਰਕੇ ਇਹਨਾਂ ਨੂੰ ਭਜਾ ਦਿੰਦਾ ਹੈ ਟਟ ਦੇਂਦਾ ਮਾਇਆ ਦਾ ਜਾਲ ਅਗਨ ਨੂੰ ਬੁਝਾ ਕੇ ਉਹਦੇ ਉੱਪਰ ਅੰਮ੍ਰਿਤ ਰਸ ਪਾ ਦਿੰਦਾ ਇੱਕ ਤਾਂ ਹੁਕਮ ਵਿੱਚ ਰਿਆ ਇੱਕ ਭਗਤੀ ਜੋੜ ਲਈ ਤੇ ਜਦੋਂ ਸਵਾਸਾਂ ਦਾ ਧਨ ਖਤਮ ਹੋਇਆ ਸਿੱਦਾ ਸੱਚ ਖੰਡ ਗਿਆ ਇਹ ਕਲਯੁਗ ਦੇ ਵਿੱਚ ਜੀਣ ਦੀ ਕਲਾ ਸਿਰਫ ਤੇ ਸਿਰਫ ਗੁਰਬਾਣੀ ਗੁਰੂ ਨੂੰ ਪੜ੍ਹ ਕੇ ਆਪਾਂ ਨੂੰ ਆ ਸਕਦੀ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਕਿਉਂਕਿ ਇਹਦੇ ਵਿੱਚ ਗੁਰੂ ਸਹਿਬਾਨ ਦੀ ਨਹੀਂ ਜੋ ਗੁਰੂ ਸਹਿਬਾਨ ਤੋਂ ਪਹਿਲਾਂ ਭਗਤ ਸਹਿਬਾਨ ਹੋਏ ਐ ਸੰਤ ਸਹਿਬਾਨ ਹੋਏ ਐ ਜਿਨ੍ਹਾਂ ਗੁਰਸਿੱਖਾਂ ਨੇ ਪ੍ਰਚਾਰ ਕੀਤਾ ਉਹਨਾਂ ਦੀ ਵੀ ਬਾਣੀ ਹੈ ਪ੍ਰੈਕਟੀਕਲ ਹੈ ਤੇ ਉਹਨਾਂ ਨੇ ਕਿਹਾ ਹੈ ਕਿ ਕਲਯੁਗ ਦੇ ਵਿੱਚ ਜੀਵਨ ਜਿਉਣ ਦਾ ਇੱਕ ਸੁਚੱਜਾ ਢੰਗ ਇਹੀ ਹੈ ਵੀ ਤੁਸੀਂ ਸ਼ਬਦ ਦੁਆਰਾ ਗੁਰਮੰਤਰ ਦੁਆਰਾ ਸਾਧੂਆਂ ਤੋਂ ਵਚਨ ਲੈ ਕੇ ਉਹਨਾਂ ਤੋਂ ਸਿੱਖ ਲੈ ਕੇ ਜੀਵਨ ਜਿਓ ਨਹੀਂ ਤਾਂ ਜੀਆ ਨਹੀਂ ਜਾਣਾ ਹੁਣ ਤੁਸੀਂ ਸੰਸਾਰ ਦਾ ਹਾਲ ਦੇਖ ਰਹੇ ਹੋ ਧਿਆਨ ਨਾਲ ਸੁਣੋ ਸੰਸਾਰ ਦਾ ਹਾਲ ਦੇਖ ਰਹੇ ਹੋ ਸੰਸਾਰ ਦੇ ਕੋਲ ਜੀਵਨ ਜਿਉਣ ਦੀ ਕਲਾ ਨਹੀਂ ਕਿਉਂਕਿ ਉਹ ਸ਼ਬਦ ਦੇ ਨਾਲ ਨਹੀਂ ਜੁੜੇ ਹੋਏ ਗੁਰੂ ਦੀ ਮਤ ਨੂੰ ਨਹੀਂ ਲਿਆ ਹੋਇਆ ਹੁਣ ਉਹ ਜਦੋਂ ਜੀਵਨ ਦੇ ਵਿੱਚ ਚੱਲਦੇ ਐ ਰੋਜ਼ ਦਾ ਰੋਜ਼ ਕਰਮ ਕੀਤਾ ਸ਼ਾਮ ਨੂੰ ਫਿਰ ਆਪਦੇ ਪਰਿਵਾਰ ਵਿੱਚ ਆਏ ਫਿਰ ਕਰਮ ਕੀਤਾ ਫਿਰ ਪਰਿਵਾਰ ਚ ਰਹੇ ਕਦੇ ਦੂਰ ਚਲੇ ਗਏ ਕਦੇ ਨੇੜੇ ਇਹਦੇ ਵਿੱਚ ਉਹਨਾਂ ਦੇ ਫੁਰਨਿਆਂ ਦਾ ਵਹਾ ਜਿਹੜਾ ਹੈ ਵੱਧ ਜਾਂਦਾ ਹੈ ਜੀਵਨ ਅਫਸੈਟ ਹੋ ਜਾਂਦਾ ਹੈ ਕਿਉਂਕਿ ਜੇ ਤਾਂ ਧਨ ਦੀ ਜਾਂ ਕਿਸੇ ਪਦਾਰਥ ਦੀ ਪ੍ਰਾਪਤੀ ਹੋ ਗਈ ਖੁਸ਼ ਹੋ ਗਏ ਜੇ ਨਾ ਹੋਈ ਤਾਂ ਮਨ ਵਿਚ ਵਿਚਾਰ ਆਉਣ ਲੱਗ ਪੈਂਦੇ ਆ ਜਿਹਨੂੰ ਆਪਾਂ ਰਜੋਗੁਣ ਕਹਿੰਦੇ ਆ ਮਨ ਦੇ ਵਿੱਚ ਜਿਹੜੀਆਂ ਆਸਾਂ ਰੱਖੀਆਂ ਆਸ ਰੱਖ ਲਈ ਮਨ ਦੇ ਵਿੱਚ ਮਨ ਦੇ ਵਿੱਚ ਪਦਾਰਥਾਂ ਦੀ ਚਾਹਨਾ ਰੱਖ ਲਈ ਜੇ ਤਾਂ ਉਹ ਆਸਾਂ ਪੂਰੀਆਂ ਹੋ ਗਈਆਂ ਤਾਂ ਖੁਸ਼ ਹੋ ਗਏ ਜੇ ਨਹੀਂ ਹੁੰਦੀਆਂ ਤਾਂ ਨਿਰਾਸ਼ਾ ਹੋ ਜਾਂਦੀ ਹੈ ਆਸ਼ਾ ਤੋਂ ਅਭਲਾਸ਼ ਜੇ ਅਭਲਾਸ਼ਾ ਤੋਂ ਨਾ ਪੂਰੀ ਹੋਈ ਤਾਂ ਨਿਰਾਸ਼ਾ ਨਿਰਾਸ਼ਾ ਹੋਈ ਤਾਂ ਫਿਰ ਅੱਗੇ ਸੰਸੇ ਔਰ ਜਦੋਂ ਸੰਸਾਰ ਮਨ ਨੂੰ ਲੱਗ ਗਿਆ ਤੇ ਫੁਰਨੇ ਫਿਕਰਾ ਜਿਸ ਨੂੰ ਆਪਾਂ ਕਹਿੰਦੇ ਆ ਡਿਪਰੈਸ਼ਨ ਐਂਜਾਇਟੀ ਡਿਜ਼ੀਨਸ ਇਹ ਸਾਰੇ ਔਗਣ ਆ ਕੇ ਮਨ ਨੂੰ ਫੜ ਲੈਂਦੇ ਆ ਹੁਣ ਇੱਕ ਮਨਮੁਖ ਜਿਹੜਾ ਫਿਰ ਜਦੋਂ ਉਹ ਵਿਚਾਰਾਂ ਦੇ ਵਿੱਚ ਫਸਦਾ ਤਾਂ ਉਸ ਦਾ ਮਨ ਫਿਰ ਵਿਚਾਰਾਂ ਦੇ ਵਿੱਚੋਂ ਨਿਕਲਣ ਦੇ ਲਈ ਕਰੋਧ ਕਰਦਾ ਕਾਮ ਕਰਦਾ ਤੇ ਫਿਰ ਅਖੀਰ ਜਦੋਂ ਉਹਦੇ ਨਹੀਂ ਉਹਦਾ ਕੰਟਰੋਲ ਹੁੰਦਾ ਤੇ ਫਿਰ ਉਹ ਨਸ਼ੇ ਦਾ ਸਹਾਰਾ ਲੈਂਦਾ ਹੁਣ ਨਸ਼ਾ ਥੋੜੇ ਸਮੇਂ ਲਈ ਉਹਨੂੰ ਸੁਖ ਕਰਦਾ ਹੈ ਫਿਰ ਫਿਰ ਉਸੇ ਤਰ੍ਹਾਂ ਵਿਚਾਰ ਚੱਲ ਪੈਂਦੇ ਆ ਤਾਂ ਮਨ ਮੁਖਾਬ ਦੀ ਕਿਹੜੀ ਕਿਹੜੀ ਵਾਹ ਨਹੀਂ ਲਾਉਂਦਾ ਨਸ਼ਾ ਵੀ ਵਰਤਦਾ ਹੈ ਵੇਸ਼ਵਾਵਾਂ ਕੋਲ ਵੀ ਜਾਂਦਾ ਹੈ ਧਨ ਨੂੰ ਕਮਾਉਣ ਦੇ ਲਈ ਛਲ ਕਪਟ ਵੀ ਕਰਦਾ ਹੈ ਜੂਆ ਵੀ ਖੇਡਦਾ ਹੈ ਲਾਟਰੀਆਂ ਵਿੱਚ ਵੀ ਜਾਂਦਾ ਹੈ ਪਤਾ ਨਹੀਂ ਕੀ ਕੀ ਯਤਨ ਕਰਦਾ ਵੀ ਮੈਂ ਕਿਸੇ ਤਰੀਕੇ ਜੀਵਨ ਦੇ ਵਿੱਚ ਸੁਖੀ ਹੋ ਜਾਵਾਂ ਤੇ ਤੁਸੀਂ ਦੇਖੋ ਸੰਸਾਰ ਦਾ ਜੀਵਨ ਸੁਖੀ ਨਹੀਂ ਹੋ ਰਿਹਾ ਅੱਜ ਕਿੰਨੀ ਸਹੂਲਤ ਹੋ ਗਈ ਹੈ ਚਲੋ ਆਪਾਂ ਪਹਿਲਾਂ ਕਹਿੰਦੇ ਸੀ ਵੀ ਸਹੂਲਤ ਨਹੀਂ ਹੈ ਸਹੂਲਤਾਂ ਨੂੰ ਲੈਣ ਦੇ ਲਈ ਅਸੀਂ ਮਿਹਨਤ ਕਰ ਰਹੇ ਹਾਂ ਜੀ ਜਦੋਂ ਰੱਬ ਕੋਈ ਸਾਨੂੰ ਸੁਖੀ ਕਰੂਗਾ ਫਿਰ ਅਸੀਂ ਨਾਮ ਜਪਾਂਗੇ ਪਰ ਅੱਜ ਕਿੰਨੀ ਸਹੂਲਤ ਹੈ ਕਾਰਾਂ ਗੱਡੀਆਂ ਦੀ ਸਹੂਲਤ ਹੈ ਬਿਜਲੀ ਦੀ ਸਹੂਲਤ ਹੈ ਸੁੰਦਰ ਘਰ ਮਿਲ ਗਏ ਰਹਿਣ ਸਹਿਣ ਬਹੁਤ ਸੌਖਾ ਹੋ ਗਿਆ ਖਾਣਾ ਪੀਣਾ ਬਹੁਤ ਮਾਡਰਨ ਹੋ ਗਿਆ ਪਰ ਹੁਣ ਜਿਨ੍ਹਾਂ ਦੇ ਕੋਲ ਨਹੀਂ ਸਹੂਲਤ ਉਹਨਾਂ ਦੀ ਆਪਾਂ ਕਹਿ ਸਕਦੇ ਆ ਵੀ ਇਹਨਾਂ ਕੋਲ ਸਹੂਲਤ ਨੀਂ ਦੇ ਵਿਚਾਰ ਬਣਦੇ ਆ ਪਰ ਤੁਸੀਂ ਦੇਖੋ ਜਿਨ੍ਹਾਂ ਬਹੁਤਿਆਂ ਕੋਲ ਸਹੂਲਤ ਹੈ ਘਰ ਵੀ ਹੈ ਸਭ ਕੁਝ ਹੈ ਬੱਚੇ ਵੀ ਹੈ ਪਰਿਵਾਰ ਵੀ ਹੈ ਉਹ ਕਿਹੜਾ ਨਾਮ ਜਪ ਰਹੇ ਆ ਕਿਉਂਕਿ ਗੁਰੂ ਦੀ ਮੱਤ ਨਹੀਂ ਹੈ ਔਰ ਮਹਾਰਾਜ ਕਹਿੰਦੇ ਆ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਤਾਂ ਹੀ ਉਹਨਾਂ ਨੇ ਕਿਹਾ ਵੀ ਤੁਸੀਂ ਸ਼ਬਦ ਜਪਣਾ ਸਿੱਖ ਲਓ ਕਲਯੁਗ ਦੇ ਵਿੱਚ ਤੁਹਾਨੂੰ ਜਨਮ ਦੇ ਵਿੱਚ ਵੀ ਟੇਕ ਦੇਗਾ ਤੇ ਜਨਮ ਤੋਂ ਬਾਅਦ ਜਿਹੜਾ ਸੰਸਾਰੀ ਤੌਰ ਤੇ ਮਰਨ ਹੋਣਾ ਉੱਥੇ ਵੀ ਟੇਕ ਦੇਵੇਗਾ ਭਾਪਰ ਤੁਹਾਡੇ ਉੱਪਰ ਕਿਰਪਾ ਰੱਖੇਗਾ ਤੁਹਾਡੇ ਮਨ ਨੂੰ ਬਿਕਰਨ ਨਹੀਂ ਦੇਵੇਗਾ ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ ਕੀ ਕਹਿੰਦੇ ਮੁਖ ਉਜਲ ਸਦਾ ਸੁਖੀ ਨਾਨਕ ਸਿਮਰਤੇ ਇੱਕ ਮੁਖ ਉਜਲਾ ਹੋਏਗਾ ਦਰਗਾਹ ਵਿੱਚ ਮਨਮੁਖ ਦੇ ਮੂੰਹ ਦੇ ਉੱਪਰ ਤਾਂ ਕਾਲਖ ਹੈ ਮਨਮੁਖ ਦਾ ਮੁਖ ਤਾਂ ਪਾਪਾਂ ਦੇ ਭੰਡਾਰਿਆਂ ਦੇ ਵਿੱਚ ਕਾਲਾ ਹੋ ਚੁੱਕਿਆ ਉਹਦਾ ਮੁਖ ਉਜਲ ਨਹੀਂ ਹੈ ਉਹਦੇ ਨੇਤਰਾਂ ਦੇ ਉੱਪਰ ਕਾਮ ਕਰੋ ਲੋਭੋ ਹੰਕਾਰ ਹਉਮੈ ਦਾ ਰੰਗ ਚੜਿਆ ਹੋਇਆ ਹੈ ਗੁਰਮੁਖ ਦੇ ਨੇਤਰਾਂ ਉੱਪਰ ਸਾਹਮਣੇ ਮਾਲਕ ਦੀ ਸੱਚ ਦੀ ਸੇਵਾ ਕਰ ਕਰਕੇ ਸੱਚ ਦੇ ਪ੍ਰਕਾਸ਼ ਦਾ ਰੰਗ ਛੜਿਆ ਹੁੰਦਾ ਹੈ ਗੁਰਮਖ ਦੇ ਨੇਤਰ ਹਰ ਟਾਈਮ ਸਾਹਮਣੇ ਸੱਚ ਦੀ ਸੇਵਾ ਕਰਦੇ ਨੇ ਚਾਹੇ ਉਹ ਬੰਦ ਹੋਣ ਚਾਹੇ ਖੁੱਲੇ ਹੋਣ ਗੁਰਮਖ ਦੀ ਸੁਰਤੀ ਹਮੇਸ਼ਾ ਸ਼ਬਦ ਦੇ ਵਿੱਚ ਸਮਾਈ ਰਹਿੰਦੀ ਉਹਦਾ ਧਿਆਨ ਹਮੇਸ਼ਾ ਅਨਹਦ ਵਿੱਚ ਜਾਂ ਗੁਰਮੰਤਰ ਵਿੱਚ ਰਹਿੰਦਾ ਗੁਰਮਖ ਜੋ ਵੀ ਸੰਸਾਰੀ ਜੀਵਨ ਦੇ ਵਿੱਚ ਕਰਮ ਕਰਦੇ ਆ ਨੇਤਰਾ ਦਾ ਧਿਆਨ ਸੱਚ ਵਿੱਚ ਉਨ੍ਹਾਂ ਦੀ ਜਿਹੜੀ ਸੁਰਤ ਹੀ ਹੈ ਆਕਾਗਰਤਾ ਹੈ ਉਹ ਸ਼ਬਦ ਅਤੇ ਗੁਰਮੰਤਰ ਵਿੱਚ ਹੁੰਦੀ ਹੈ ਇਸ ਕਰਕੇ ਮੁਖ ਉੱਜਲ ਸਦਾ ਸੁਖੀ ਨਾਨਕ ਸਿਮਰਤ ਏਕ ਦੀ ਅਵਸਥਾ ਵਿੱਚ ਰਹਿੰਦੇ ਆ ਔਰ ਜਿਹੜਾ ਮਨਮੁਖ ਹੈ ਉਹ ਪਰਿਵਾਰ ਦਾ ਜੀਵਨ ਚਲਾਉਣ ਦੇ ਲਈ ਆਪਦਾ ਜੀਵਨ ਚਲਾਉਣ ਦੇ ਲਈ ਉਸ ਦਾ ਧਿਆਨ ਵੀ ਸਾਹਮਣੇ ਆਕਾਰਾਂ ਤੇ ਵਿਚਾਰਾਂ ਵਿੱਚ ਉਸ ਦੇ ਨੇਤਰ ਸੰਸਾਰ ਦੇ ਰੰਗ ਸੰਸਾਰ ਦੇ ਆਕਾਰ ਦੇਖ ਰੇ ਆ ਧਿਆਨ ਸੁਰਤੀ ਉਹਦੀ ਜਿਹੜੀ ਹੈ ਹਮੇਸ਼ਾ ਫੁਰਨਿਆਂ ਦੇ ਵਿੱਚ ਹੈ ਕੋਈ ਸ਼ਬਦ ਦਾ ਅਭਿਆਸ ਨਹੀਂ ਕਰਨਾ ਕੋਈ ਸਾਹਮਣੇ ਸੱਚ ਦੇ ਸਾਹਮਣੂ ਨਹੀਂ ਰਹਿਣਾ ਤੇ ਦਿਨ ਰਾਤ ਰੋਲਾ ਪਾਉਂਦਾ ਮੈਨੂੰ ਬਚਾਓ ਮੈਨੂੰ ਸੁਖੀ ਕਰੋ ਮੇਰੇ ਕਰਮ ਕਰ ਦਿਓ ਮੇਰਾ ਆਸਵਾਰ ਦਿਓ ਮੇਰਾ ਉਹ ਸਵਾਰ ਦਿਓ ਸਾਰੀ ਗੱਲ ਸੁਣ ਵੀ ਲਈ ਸੁਣਨ ਦੇ ਬਾਵਜੂਦ ਵੀ ਫਿਰ ਉਸੇ ਤਰ੍ਹਾਂ ਉਹ ਬਾਂਦਰ ਵਾਲੀ ਗੱਲ ਹੋ ਗਈ ਕਿ ਜੇstra ਸ਼ਿਕਾਰੀ ਨੂੰ ਪਤਾ ਹੈ ਕਿ ਬਾਂਦਰ ਲਾਲਚੀ ਹੈ ਉਹ ਸਰਾਹੀ ਦੇ ਵਿੱਚ ਛੋਲੇ ਪਾ ਕੇ ਰੱਖ ਦਿੰਦਾ ਤੇ ਉੱਥੇ ਇੱਕ ਸਰਾਹੀ ਰੱਖਦਾ ਜਿੱਥੇ ਉਹਨੂੰ ਪਤਾ ਵੀ ਬਾਂਦਰ ਦੀ ਨਿਗਾ ਸੌਖੀ ਪੈ ਜਾਊਗੀ ਬਾਂਦਰ ਦੀ ਨਿਗਾ ਸਰਾਹੀ ਤੇ ਪੈਂਦੀ ਹੈ ਸਰਾਹੀ ਵਿੱਚ ਹੱਥ ਪਾ ਕੇ ਦੇਖਦਾ ਕਿ ਕੀ ਹੈ ਛੋਲੇ ਆ ਮੁੱਠ ਭਰ ਲੈਂਦਾ ਸਰਾਹੀ ਜਿਹੜੀ ਹੁੰਦੀ ਉਹਦਾ ਮੂੰਹ ਉਪਰੋਂ ਤਾਂ ਛੋਟਾ ਹੁੰਦਾ ਥੱਲੇੋਂ ਖੁੱਲੀ ਹੁੰਦੀ ਹੈ ਜਦੋਂ ਮੁੱਠ ਭਰਦਾ ਤੇ ਹੱਥ ਜਿਹੜਾ ਆ ਮੁੱਠ ਭਰਨ ਕਰਕੇ ਹੱਥ ਭਾਰਾ ਹੋ ਜਾਂਦਾ ਮੋਟਾ ਹੋ ਜਾਂਦਾ ਉਹ ਨਿਕਲਦਾ ਨਹੀਂ ਸ਼ਿਕਾਰੀ ਨੂੰ ਪਤਾ ਕਿ ਬਾਂਦਰ ਲਾਲਚੀ ਹੈ ਜੋ ਮਰਜ਼ੀ ਹੋ ਜੇ ਇਹਨੇ ਛੋਲਿਆਂ ਦੀ ਮੁੱਠ ਨਹੀਂ ਛੱਡਣੀ ਤੇ ਮੈਂ ਇਹਨੂੰ ਫੜ ਲਾਂਗਾ ਮਰਕਟ ਮੁਸਤੀ ਅਨਾਜ ਕੀ ਮਨ ਬੋਰਾ ਰੇ ਲੀਨੀ ਹੱਥ ਫਸਾਰ ਛੂਟਣ ਕੋ ਸਹਿਸਾ ਪਰਿਆ ਮਨ ਬੋਰਾ ਨੇ ਨਾਚਿਓ ਕਰ ਕਰ ਬਾਹਰ ਇਸੇ ਤਰ੍ਹਾਂ ਕਾਲ ਨੂੰ ਸਾਡਾ ਪਤਾ ਹੈ ਵੀ ਇਹ ਜਿਹੜਾ ਮਨ ਹੈ ਇਨੂੰ ਮੇਰੀ ਜਿਹੜੀ ਮਾਇਆ ਹੈ ਇਹਦੇ ਨਾਲ ਬਹੁਤ ਪ੍ਰੇਮ ਪੈ ਚੁੱਕਿਆ ਹੈ ਇਹ ਮਾਇਆ ਨੂੰ ਛੱਡੇਗਾ ਨਹੀਂ ਪਹਿਲੋ ਕਾਲ ਮਾਇਆ ਦੀਆਂ ਸਹੂਲਤਾਂ ਦੇ ਕੇ ਮਾਇਆ ਵਿੱਚ ਸੁੱਖ ਦੇ ਕੇ ਮਾਇਆ ਦੇ ਤਰ੍ਹਾਂ ਤਰ੍ਹਾਂ ਦੇ ਰੰਗ ਭੋਗ ਦੇ ਕੇ ਮਨ ਦਾ ਪਿਆਰ ਮਾਇਆ ਨਾਲ ਪਵਾ ਦਿੰਦਾ ਇੱਕਦਮ ਨਹੀਂ ਪਹਿਲੋ ਉਸ ਨੂੰ ਸਹੂਲਤ ਦਿੰਦਾ ਹੈ ਜਿਸ ਤਰ੍ਹਾਂ ਆਪਾਂ ਕਹਿੰਦੇ ਆ ਬਚਪਨ ਕਿੰਨਾ ਵਧੀਆ ਸੀ ਸਾਰਾ ਕੁਝ ਕੀਤਾ ਕਰਾਇਆ ਮਿਲ ਜਾਂਦਾ ਕੋਈ ਖਾਣ ਕਮਾਣ ਦੀ ਚਿੰਤਾ ਨਹੀਂ ਸੀ ਕੋਈ ਆਪਾਂ ਨੂੰ ਦੁੱਖ ਨਹੀਂ ਸੀ ਕੋਈ ਪਰਿਵਾਰ ਪਾਲਣ ਦਾ ਦੁੱਖ ਨਹੀਂ ਸੀ ਕਿੰਨਾ ਵਧੀਆ ਬਚਪਨ ਹੁੰਦਾ ਸੀ ਉਦੋਂ ਉਹਨੇ ਸਾਨੂੰ ਸਹੂਲਤ ਦਿੱਤੀ ਕਿ ਨਵੇਂ-ਨਵੇਂ ਮਾਤਾ ਦੇ ਗਰਭ ਚੋਂ ਟ੍ਰੇਨਿੰਗ ਲੈ ਕੇ ਆਏ ਨੇ ਤੇ ਉਹ ਟ੍ਰੇਨਿੰਗ ਉਹ ਆਦਤਾਂ ਜਿਹੜੀਆਂ 9 ਮਹੀਨੇ ਇਹਨਾਂ ਨੇ ਮਾਤਾ ਦੇ ਗਰਭ ਵਿੱਚ ਸਿੱਖੀਆਂ ਜਦੋਂ ਸਾਡਾ ਦੁਨੀਆਵੀ ਸਰੀਰ ਮਾਤਾ ਦੇ ਗਰਭ ਵਿੱਚ ਬਣਦਾ ਹੈ ਸਾਡਾ ਮਨ ਉਸ ਵਕਤ ਸੱਚੇ ਮਹਿਲ ਚ ਉਨੀ ਦੇਰ ਤੱਕ ਮਾਲਕ ਤੋਂ ਟ੍ਰੇਨਿੰਗ ਲੈਂਦਾ ਰਹਿੰਦਾ ਹੈ ਕਿਉਂਕਿ ਮਾਤਾ ਦੇ ਗਰਭ ਤੋਂ ਜਦੋਂ ਸਰੀਰ ਬਾਹਰ ਨਿਕਲ ਗਿਆ ਉਥੇ ਮਾਇਆ ਸ਼ੁਰੂ ਹੋ ਜਾਣੀ ਹੈ ਫੁਰਨੇ ਸ਼ੁਰੂ ਹੋ ਜਾਣੇ ਨੇ ਤੇ ਮਨ ਕਿਤੇ ਮਾਇਆ ਵਿੱਚ ਫਸ ਨਾ ਜਾਏ ਇਹਨੂੰ 9 ਮਹੀਨੇ 11 ਦੇਰ ਤੱਕ ਟ੍ਰੇਨਿੰਗ ਦਿੰਦੇ ਰਹਿੰਦੇ ਆ ਹੁਣ ਕਾਲ ਦੇਖਦਾ ਕਿ ਤਾਜੀ-ਤਾਜੀ ਟ੍ਰੇਨਿੰਗ ਲੈ ਕੇ ਮਾਤਾ ਦੇ ਗਰਭ ਤੋਂ ਬਾਹਰ ਆਇਆ ਤੇ ਇਹਨੂੰ ਸਭ ਤੋਂ ਪਹਿਲਾਂ ਤਾਂ ਇਹਦੀਆਂ ਆਦਤਾਂ ਬਦਲਿਏ ਕਿਉਂਕਿ ਟ੍ਰੇਨਿੰਗ ਲੈ ਕੇ ਜਦੋਂ ਜੀਵ ਜਾਂਦਾ ਹੈ ਉਹਦੀਆਂ ਆਦਤਾਂ ਉਹੀ ਹੁੰਦੀਆਂ ਨੇ ਜਿਵੇਂ ਹੁਣ ਤੁਸੀਂ 10-12 ਦਿਨ ਜਦੋਂ ਕੈਂਪ ਲਾ ਕੇ ਘਰਾ ਵਿੱਚ ਜਾਂਦੇ ਹੋ ਇੱਥੇ 10-10 12-12 ਘੰਟੇ 15-15 ਘੰਟੇ ਸਿਮਨ ਕੀਤਾ ਹੁੰਦਾ ਸ਼ਬਦ ਦੀ ਵਿਚਾਰ ਕੀਤੀ ਉਹ ਇੱਕ ਆਦਤ ਬਣ ਜਾਂਦੀ ਇੱਥੇ ਰਹਿ ਕੇ ਸੰਗਤਾਂ ਚ ਹੱਸ ਕੇ ਬੋਲਣਾ ਪਿਆਰ ਨਾਲ ਬੋਲਣਾ ਆਦਤ ਬਣ ਜਾਂਦੀ ਫਿਰ ਜਦੋਂ ਘਰਾ ਵਿੱਚ ਜਾਂਦੇ ਹੋ ਤੇ ਉਸੇ ਆਦਤ ਨੂੰ ਹੀ ਰਿਪੀਟ ਕਰਕੇ ਉਸੇ ਤਰ੍ਹਾਂ ਦਾ ਜੀਵਨ ਜਿਉਂਦੇ ਹੋ ਤੁਝੇ ਦੇਖਦੇ ਆ ਵੀ ਸਾਡੇ ਜੀਵਨ ਵਿੱਚ ਤਾਂ ਕੋਈ ਬਦਲਾ ਨਹੀਂ ਇਹ ਬੜਾ ਮਿੱਠਾ ਬੋਲਣ ਲੱਗ ਗਿਆ ਇਹ ਬੜੀਆਂ ਸੱਚ ਦੀਆਂ ਗੱਲਾਂ ਕਰਦਾ ਕਿਉਂਕਿ ਉਹ ਟ੍ਰੇਨਿੰਗ ਲੈ ਕੇ ਆਇਆ ਏ ਇਸੇ ਤਰ੍ਹਾਂ ਕਾਲ ਦੇਖਦਾ ਕਿ ਤਾਜੀ-ਤਾਜੀ ਟ੍ਰੇਨਿੰਗ ਲਈ ਹੈ ਇਹਨੂੰ ਕਿਵੇਂ ਭੁਲਾਇਆ ਜਾਏ ਉਹ ਸਭ ਤੋਂ ਪਹਿਲਾਂ ਇਹਦੇ ਉੱਪਰ ਸ਼ਿਕੰਜਾ ਨਹੀਂ ਕੱਸਦਾ ਜਦੋਂ ਇਹ ਬਚਪਨ ਚ ਹੁੰਦਾ ਇਹਨੂੰ ਸੁਹੂਲਤਾਂ ਦਿੰਦਾ ਇੱਥੇ ਇਹਨੂੰ ਲੋਗ ਹੱਥੋਂ-ਅੱਥੀ ਚੁੱਕੀ ਫਿਰਦੇ ਆ ਇਹਦੇ ਰਿਸ਼ਤੇਦਾਰ ਇਹਦੇ ਮਾਤਾ-ਪਿਤਾ ਇਹਨੂੰ ਧੱਕੇ ਨਾਲ ਇਹਦੇ ਮੂੰਹ ਵਿੱਚ ਭੋਗ ਪਾਏ ਜਾਂਦੇ ਆ ਖਾਣ ਪੀਣ ਪਾਇਆ ਜਾਂਦਾ ਇਸ ਨੂੰ ਖੜਾਇਆ ਜਾਂਦਾ ਇਸ ਨੂੰ ਲਾਲ ਚਲਾਇਆ ਜਾਂਦਾ ਤਰ੍ਹਾਂ ਤਰ੍ਹਾਂ ਦੀ ਸਹਿਰ ਸਪਾਟੇ ਕਰਵਾਏ ਜਾਂਦੇ ਜਦੋਂ ਦੇਖਦਾ ਵੀ ਹੁਣ ਇਹਦਾ ਮਾਇਆ ਨਾਲ ਪਿਆਰ ਪੈ ਗਿਆ ਜਿਹੜੇ ਰਿਸ਼ਤੇਦਾਰ ਸੰਗੀ ਸੱਥੀਆਂ ਨੇ ਇਹਨੂੰ ਚੁੱਕਿਆ ਇਹਨੂੰ ਖੜਾਇਆ ਉਹਨਾਂ ਨਾਲ ਪਿਆਰ ਪੈ ਗਿਆ ਫਿਰ ਉਸ ਤੋਂ ਬਾਅਦ ਵਿਚਾਰ ਬਦਲਨੇ ਸ਼ੁਰੂ ਕਰ ਦਿੰਦਾ ਕਾਲ ਹੁਣ ਇਹਦੀ ਆਦਤ ਹੋਵੇ ਟਿੱਗੀ ਬਚਪਨ ਦੇ ਵਿੱਚ ਸੁਖ ਲਿਆ ਆਦਤ ਹੋਵੇ ਬਣ ਗਈ ਇੱਕਦਮ ਇਹ ਪਵਜਲ ਖੋਲਣਾ ਸ਼ੁਰੂ ਕਰਦਾ ਹੈ ਵਿਚਾਰ ਬਦਲਨੇ ਸ਼ੁਰੂ ਕਰ ਦਿੰਦਾ ਹੈ ਜਿਹੜੀਆਂ ਚੀਜ਼ਾਂ ਆਸਾਨੀ ਨਾਲ ਮਿਲ ਜਾਂਦੀਆਂ ਸੀ ਜੋ ਸਾਰੇ ਹੱਸ ਕੇ ਬੁਲਾਉਂਦੇ ਸੀ ਸਾਰੇ ਪ੍ਰੇਮ ਨਾਲ ਬੁਲਾਉਂਦੇ ਸੀ ਜੋ ਸਾਰਾ ਖੇਡਦਾ ਰਹਿੰਦਾ ਸੀ ਕੋਈ ਫਿਕਰ ਨਹੀਂ ਸੀ ਉਥੇ ਫਿਕਰਾਂ ਸ਼ੁਰੂ ਹੋ ਗਈਆਂ ਦੂਜਿਆਂ ਨੇ ਦੇ ਨਾਲ ਈਰਖਾ ਕਰਨੀ ਸ਼ੁਰੂ ਕਰ ਦਿੱਤੀ ਕਿਸੇ ਨੇ ਦੇ ਨਾਲ ਦੋਸਤ ਬਣ ਗਏ ਜੋ ਚੀਜ਼ਾਂ ਬੜੇ ਆਰਾਮ ਨਾਲ ਮਿਲ ਜਾਂਦੀਆਂ ਸੀ ਉਹਦੇ ਲਈ ਸਾਡੇ ਸੰਜੋਗੀ ਕਹਿਣ ਲੱਗੇ ਹੁਣ ਖਾਓ ਕਮਾਓ ਭਾਈ ਕਮਾ ਕੇ ਲਿਆਓ ਪੈਸਾ ਲਿਆਓ ਇਹਦੇ ਵਿਚਾਰ ਵਧਾਉਂਦੇ ਆ ਜਦੋਂ ਵਿਚਾਰ ਵੱਧਿਆ ਆ ਉਦੋਂ ਉਹਨਾਂ ਵਿਚਾਰਾਂ ਨੂੰ ਠੱਲ ਪਾਉਣ ਦੇ ਲਈ ਮਨ ਯਤਨ ਕਰਦਾ ਤੇ ਮਨ ਜੋ ਵੀ ਯਤਨ ਕਰਦਾ ਹੈ ਕਾਲ ਉਹਦੇ ਛੜਕਾਵਟ ਪਾਉਂਦਾ ਇੱਥੇ ਹੀ ਫਸ ਗਿਆ ਇਸੇ ਤਰ੍ਹਾਂ ਹੀ ਤੁਸੀਂ ਸਾਰੇ ਫਸੇ ਹੋ ਪਹਿਲਾਂ ਨਹੀਂ ਜਦੋਂ ਦੇਖਦਾ ਲੈ ਵੀ ਹੁਣ ਇਹ ਸਾਰਾ ਪਿਛਲਾ ਪਸ਼ੋਕੜ ਭੁੱਲ ਗਿਆ ਇਹਦੀਆਂ ਆਦਤਾਂ ਬਦਲ ਗਈਆਂ ਮਾਇਆ ਨਾਲ ਪਿਆਰ ਪੈ ਗਿਆ ਮਾਪੇ ਇਥੋਂ ਦੀਆਂ ਸਹੂਲਤਾਂ ਨਾਲ ਪਿਆਰ ਪੈ ਗਿਆ ਫਿਰ ਹੌਲੀ ਹੌਲੀ ਤੰਗ ਕਰਨਾ ਸ਼ੁਰੂ ਕਰਦਾ ਅਸੀਂ ਆਪਦੇ ਕਿਰਤ ਦੇ ਪਰਵਾਨੇ ਨੂੰ ਜੋ ਲੈ ਕੇ ਆਏ ਸੀ ਭੁੱਲ ਗਏ ਜੋ ਸਾਨੂੰ ਨਿੱਜੀ ਸਹੂਲਤਾਂ ਦਿੱਤੀਆਂ ਸੀ ਭੁੱਲ ਗਏ ਜੋ ਇਥੇ ਲਿਖ ਕੇ ਦਿੱਤਾ ਸੀ ਭੁੱਲ ਗਏ ਹੋਰ ਹੀ ਹੋਰ ਸਾਡੇ ਅੰਦਰ ਯਤਨ ਪਾ ਕੇ ਸਾਡਾ ਜੋਰ ਲਵਾਈ ਜਾਂਦਾ ਸਾਨੂੰ ਪਰ ਰੂਪ ਦਿਖਾਏਗਾ ਵੀ ਉਹ ਦੇਖ ਕਿੰਨਾ ਸੋਹਣਾ ਰੂਪ ਹੈ ਪਰ ਤਨ ਪਾਸੇ ਵਿਚਾਰ ਬਣਾਉਣੇ ਸ਼ੁਰੂ ਕਰ ਦੇਗਾ ਤੂੰ ਵੀ ਗੱਡੀ ਲੈ ਤੂੰ ਵੀ ਕੋਠੀ ਬਣਾ ਜੋ ਮਾਲਕ ਨੇ ਸਾਨੂੰ ਦਿੱਤਾ ਹੈ ਉਹਦੇ ਪ੍ਰਤੀ ਇਹਨੇ ਸਾਨੂੰ ਸੁਚੇਤ ਨਹੀਂ ਕਰਨਾ ਜੋ ਅਸੀਂ ਮਾਲਕ ਦੀ ਸੇਵਾ ਕਰਨੀ ਸੀ ਸਬਦ ਦੇ ਸਨਮੁਖ ਰਹਿਣਾ ਸੀ ਹੁਕਮ ਚ ਰਹਿ ਕੇ ਜੀਵਨ ਜਿਉਣਾ ਸੀ ਮਾਲਕ ਦਾ ਕਾਰਜ ਇੱਥੇ ਕਰਨਾ ਸੀ ਦੂਜਿਆਂ ਨੂੰ ਵੀ ਜਗਾਉਣਾ ਸੀ ਹਸ ਖੇਡ ਕੇ ਪਿਆਰ ਦੀ ਅਵਸਥਾ ਚ ਰਹਿਣਾ ਸੀ ਉਧਰ ਨਹੀਂ ਸੁਚੇਤ ਕਰੇਗਾ ਹੋਰੀ ਪਦਾਰਥਾਂ ਦੇ ਨਾਲ ਪਿਆਰ ਪਵਾ ਕੇ ਪਦਾਰਥਾਂ ਦੇ ਪਿਆਰ ਨੂੰ ਫਿਰ ਲੰਮਾ ਖਿੱਚਦਾ ਜਾਂਦਾ ਹੁਣ ਇਹ ਕੀ ਕਰਦਾ ਹੈ ਜਿਹੜੀਆਂ ਸਹੂਲਤਾਂ ਵਿੱਚ ਰਿਹਾ ਹੈ ਮਨ ਸੁਖਾਲਤਾ ਦਾ ਆਦੀ ਹੋ ਗਿਆ ਦੁਨੀਆ ਨਾਲ ਪ੍ਰੇਮ ਪਾਉਂਦਾ ਹੈ ਦੁਨੀਆ ਦਾ ਪ੍ਰੇਮ ਛੱਡਣਾ ਨਹੀਂ ਚਾਹੁੰਦਾ ਉਧਰੋਂ ਗੁਰਮਖ ਕਹਿੰਦੇ ਆ ਵੀ ਸਿਮਰਨ ਕਰੋ ਅਭਿਆਸ ਕਰੋ ਉਹ ਕਰਨਾ ਨਹੀਂ ਚਾਹੁੰਦਾ ਕਹਿੰਦਾ ਪਹਿਲਾਂ ਤਾਂ ਸਭ ਕੁਝ ਠੀਕ ਸੀ ਹੁਣ ਇੱਕਦਮ ਕੀ ਹੋ ਗਿਆ ਪਹਿਲਾਂ ਮੈਂ ਕਿਹੜਾ ਅਭਿਆਸ ਕਰਦਾ ਸੀ ਇਹੀ ਕਾਲ ਦਾ ਖਡਾਵਾ ਹੈ ਫਿਰ ਇੱਕ ਨੂੰ ਧੰਨਵਾਦ ਦੇ ਦਿੱਤਾ ਕਿਉਂਕਿ ਇਹ ਦੁਨੀਆਵੀ ਧੰਨ ਦਾ ਜਿਹੜਾ ਰਾਜ ਹੈ ਕਾਲ ਕੋੜਾ ਹੈ ਇਹ ਵਧਾ ਘਟਾ ਦਿੰਦਾ ਜੋ ਮਾਲਕ ਨੇ ਦਿੱਤਾ ਹੈ ਕਿਸਮਤ ਵਿੱਚ ਲਿਖ ਕੇ ਪਰਵਾਨੇ ਤੇ ਉਹ ਨਹੀਂ ਵਧਾ ਘਟਾ ਸਕਦਾ ਐਡੀਸ਼ਨਲ ਆਪ ਦੇ ਪਾਸੋਂ ਵੀ ਇਹ ਧਨ ਦੇਈ ਸਕਦਾ ਕਾਲ ਪਰ ਉਹਨੂੰ ਕਿਸੇ ਵੀ ਟਾਈਮ ਖੋ ਸਕਦਾ ਜੋ ਕਾਲ ਆਪ ਦੇ ਪਾਸੋਂ ਦਿੰਦਾ ਜੋ ਮਾਲਕ ਨੇ ਸਾਨੂੰ ਧਨ ਦਿੱਤਾ ਇੱਕ ਰਿਸ਼ਤੇ ਬਣਾ ਕੇ ਦਿੱਤੇ ਆ ਜੋ ਪਰਵਾਨੇ ਚ ਲਿਖਿਆ ਉਹਦੇ ਵਿੱਚ ਕੋਈ ਉਤਾਰ ਚੜਾ ਨਹੀਂ ਸਾਡੀ ਕਿਸਮਤ ਦਾ ਹੈ ਪਰ ਜਦੋਂ ਦੇਖਦਾ ਕਿ ਭਗਤੀ ਦਾ ਬੜੀ ਹੈ ਜਾਂ ਇਹ ਕੋ ਕਰ ਸਕਦਾ ਹੈ ਜਾਂ ਜਾਗਰਤ ਅਵਸਥਾ ਚ ਨਾ ਜਾਵੇ ਤਾਂ ਆਪ ਦੇ ਪਾਸੋਂ ਪਹਿਲਾਂ ਥੋੜਾ ਜਿਹਾ ਧਨ ਦੇ ਕੇ ਫਿਰ ਉਹ ਘਟਾਵਦਾ ਦਿੰਦਾ ਤਾਂ ਕਿ ਮਨ ਦੇ ਵਿਚਾਰ ਬਣੀ ਜਾਣ ਆਪਦੇ ਪਾਸੋਂ ਥੋੜੀਆਂ ਜੀਆਂ ਸਹੂਲਤਾਂ ਦੇ ਕੇ ਫਿਰ ਉਹਨਾਂ ਨੂੰ ਵਧਾ ਘਟਾ ਦਿੰਦਾ ਹੁਣ ਇੱਕ ਨੂੰ ਅਮੀਰ ਕਰ ਦਿੱਤਾ ਦੂਜੇ ਨੂੰ ਗਰੀਬ ਕਰ ਦਿੱਤਾ ਵਿਚਾਰ ਕਰਦਾ ਹੈ ਕਿ ਆਹ ਇਹਦੀ ਤਾਂ ਇੰਨੀ ਕਿਸਮਤ ਵਧੀਆ ਹੈ ਇਹ ਤਾਂ ਮਿੱਟੀ ਨੂੰ ਹੱਥ ਲਾ ਦੇਵੇ ਸੋਨਾ ਬਣ ਜਾਂਦੀ ਪਰ ਤੇਰੀ ਪਤਨੀ ਇੰਨੀ ਨਖੱਟੀ ਕਿਸਮਤ ਕਿਉਂ ਹੈ ਇਹੀ ਬਚਨ ਜਿਹੜੇ ਮਾਪੇ ਸਾਨੂੰ ਕੁਛੜ ਦੇ ਵਿੱਚ ਝੁੱਕ ਕੇ ਮੋਢਿਆਂ ਤੇ ਚੁੱਕ ਕੇ ਸਾਡੇ ਮੂੰਹ 'ਚ ਬੁਰਕੀਆਂ ਪਾਉਂਦੇ ਸੀ ਸਾਨੂੰ ਖਡਾਉਂਦੇ ਸੀ ਉਹੀ ਸਾਨੂੰ ਕਹਿੰਦੇ ਨੇ ਵੀ ਇਹ ਤਾਂ ਖੋਟੀ ਕਿਸਮਤ ਹੈ ਆ ਦੂਜਾ ਦੇਖੋ ਜੀ ਪੜੋਸੀਆਂ ਦਾ ਮੁੰਡਾ ਵੇਖੋ ਜੀ ਪੜੋਸੀਆਂ ਦੀ ਬੇਟੀ ਦੇਖੋ ਜੀ ਜਦੋਂ ਇਸ ਤਰ੍ਹਾਂ ਦੀਆਂ ਵਿਚਾਰਾ ਮਨ ਸੁਣਦਾ ਓਏ ਤਾਂ ਭੁੱਲ ਗਿਆ ਵੀ ਮੈਂ ਤਾਂ ਇੱਥੋਂ ਦਾ ਰਹਿਣ ਵਾਲਾ ਨਹੀਂ ਮੈਨੂੰ ਤਾਂ ਮਾਲਕ ਨੇ ਕੀ ਸਮਝਾ ਕੇ ਭੇਜਿਆ ਸੀ ਕੀ ਗਰਮ ਟ੍ਰੇਨਿੰਗ ਉਹ ਸਾਰੀ ਭੁੱਲ ਗਿਆ ਤਾਂ ਕਿ ਜਦੋਂ ਇੱਥੋਂ ਇਸ ਤਰ੍ਹਾਂ ਮਾਹੌਲ ਬਣਦਾ ਹੈ ਮਨਮੁਖੀ ਸੰਜੋਗੀ ਉਹਨੂੰ ਫਸਾਉਂਦੇ ਆ ਉਹ ਆਪ ਦਾ ਸ਼ਬਦ ਦਾ ਅਭਿਆਸ ਕਰੇ ਤੇ ਜੇ ਵਾਕਿਆ ਲੱਗਦਾ ਕੋਈ ਜ਼ਰੂਰਤ ਇੱਥੇ ਨਹੀਂ ਪੂਰੀ ਹੋ ਰਹੀ ਤੇ ਮਾਲਕ ਨੂੰ ਬੇਨਤੀ ਕਰ ਦਵੇ ਨਹੀਂ ਤੇ ਜਦੋਂ ਸ਼ਬਦ ਦਾ ਅਭਿਆਸ ਕਰਕੇ ਸਹਿਜ ਚ ਬੈਠੇਗਾ ਉਹਨੂੰ ਪਤਾ ਲੱਗ ਜਾਏਗਾ ਵੀ ਇਹ ਜਿਹੜੇ ਬਚਨ ਨੇ ਇਹ ਮੈਨੂੰ ਕਾਲ ਕਰਵਾ ਰਿਹਾ ਤੇ ਮੈਂ ਇਹਨਾਂ ਬਚਨਾਂ ਤੋਂ ਬਚਾਂ ਹੁਣ ਉਹ ਇਸ ਤਰ੍ਹਾਂ ਦਾ ਕੋਈ ਵੀ ਬਚਾ ਨੂੰ ਮਨਮੁਖ ਨੂੰ ਕਰਨਾ ਨਹੀਂ ਆਉਂਦਾ ਜਿਵੇਂ ਉਸ ਨੂੰ ਕੋਈ ਕਹਿੰਦਾ ਓਵੇਂ ਮੰਨ ਕੇ ਉਹਦਮ ਕਰਨਾ ਸ਼ੁਰੂ ਕਰ ਦਦਾ ਹੁਣ ਫੁਰਨਿਆਂ ਨੂੰ ਮਨ 'ਚ ਵਸਾ ਲੈਂਦਾ ਵੀ ਆਹ ਕੰਮ ਕਰਕੇ ਛੱਡਣਾ ਆਪਾਂ ਉਹ ਕੰਮ ਹੁੰਦਾ ਨਹੀਂ ਕਿਉਂਕਿ ਮਾਲਕ ਦਾ ਖੇਲ ਹੁਕਮ 'ਚ ਚੱਲਦਾ ਹੁਕਮ ਨੂੰ ਭੁੱਜ ਗਿਆ ਭੁੱਲ ਗਿਆ ਹੁਕਮ ਨੂੰ ਬੁੱਝਣਾ ਤਾਂ ਕੀ ਸੀ ਭੁੱਲ ਗਿਆ ਜਦੋਂ ਹੁਕਮ ਬੁੱਝਿਆ ਨਹੀਂ ਜਾਂਦਾ ਭੁੱਲ ਗਿਆ ਹੋਰ ਹੀ ਹੋਰ ਪਰ ਰੂਪ ਪਰ ਧਨ ਵਿਚਾਰ ਵੜਾ ਕੇ ਇੱਕ ਵੱਖਰੀ ਜ਼ਿੰਦਗੀ ਆਪਦੇ ਮਨ ਵਿੱਚ ਉਸਾਰ ਲੈਂਦਾ ਬਸ ਉਹਦੇ ਪਿੱਛੇ ਫਿਰ ਕਹਿੰਦੇ ਮਰਕਟ ਮੁਸ਼ਤੀ ਅਨਾਜ ਕੀ ਮਨ ਬੋਰਾ ਦੇ ਹੁਣ ਫੁਰਨੇ ਛੱਡਦਾ ਨਹੀਂ ਮਾਲਕ ਦਾ ਰਸਤਾ ਕੁਝ ਹੋਰ ਬਣਾਇਆ ਹੋਇਆ ਹੈ ਇਹ ਇੱਥੇ ਕਾਲ ਦੇ ਸੰਜੋਗੀ ਕਾਲ ਦੇ ਮਨਮੁੱਖਾਂ ਨਾਲ ਰਹਿ ਕੇ ਆਪਦੇ ਮਨ ਵਿੱਚ ਇੱਕ ਨਵੀਂ ਜ਼ਿੰਦਗੀ ਇੱਕ ਵੱਖਰਾ ਰਸਤਾ ਹੋਰ ਹੀ ਬਣਾ ਲੈਂਦਾ ਜੋ ਆਸ਼ਾ-ਬਲਾਸ਼ਾ ਧਾਤ ਦੇ ਰਸਤੇ ਦੇ ਉੱਪਰ ਮਨ ਨੂੰ ਲੈ ਜਾਂਦਾ ਖਿੱਚ ਕੇ ਦੁਖੀ ਹੁੰਦਾ ਹੈ ਗੁਰਮਖ ਸਮਝਾਉਂਦੇ ਐ ਸੰਤ ਸਮਝਾਉਂਦੇ ਐ ਪਰ ਇਹ ਉਹਨਾਂ ਫੁਰਨਿਆਂ ਨੂੰ ਇਹ ਆਸ਼ਾ-ਬਲਾਸ਼ਾ ਨੂੰ ਛੱਡਦਾ ਨਹੀਂ ਉਹ ਕਾਲ ਨੇ ਸਰਾਈ ਵਿੱਚ ਇਹਦਾ ਫੁਰਨਿਆਂ ਦੀ ਸਰਾਈ ਵਿੱਚ ਹੱਥ ਪਵਾ ਦਿੱਤਾ ਉਧਰ ਹੀ ਪਵਾ ਉਧਰ ਹੀ ਨਾ ਦਾ ਫੁਰਨੇ ਛੱਡਦਾ ਉਦੋਂ ਚੀਕਾ ਮਾਰਦਾ ਮੇਰਾ ਭਲਾ ਕਰੋ ਮੇਰਾ ਭਲਾ ਕਰੋ ਹੁਣ ਮਾਲਕ ਕਹਿੰਦਾ ਵੀ ਜੇ ਸ਼ਬਦ ਨੂੰ ਸੁਣ ਕੇ ਘਰ ਆ ਜਾਵੇ ਤੈਨੂੰ ਮੈਂ ਸਾਰੀ ਸਲਾਹ ਦੱਸ ਦਿਆਂ ਇਹਨੂੰ ਸਾਰਾ ਭੇਤ ਦੇ ਦਿਆਂ ਵੀ ਇਹ ਗਲਤ ਹੈ ਇਸ ਤਰ੍ਹਾਂ ਤੈਨੂੰ ਕਾਲ ਖੜਾ ਰਿਹਾ ਇਹ ਕੰਮ ਨਹੀਂ ਆਪਾਂ ਆਹ ਕਰਨਾ ਹੈ ਇੱਥੋਂ ਇਸ ਤਰ੍ਹਾਂ ਨਿਕਲਣਾ ਹੈ ਤੁਹਾਡੇ ਦੁਨੀਆਵੀ ਕੰਮਾਂ ਦੀ ਵੀ ਸਲਾਹ ਮਾਲਕ ਦੇ ਦਿੰਦੇ ਆ ਜਦੋਂ ਅੰਦਰ ਬੈਠਦੇ ਆਪਾਂ ਕਿਵੇਂ ਨਿਕਲੀਏ ਕਿੱਥੇ ਸਬਰ ਕਰਨਾ ਹੈ ਕਿੱਥੇ ਕੀ ਕਰਨਾ ਹੈ ਪਤਾ ਖੇਡਣਾ ਹੀ ਨਹੀਂ ਆ ਰਿਹਾ ਇਸ ਤਰੰਝ ਦੀ ਬਾਜੀ ਜੀਵਨ ਹੁਣ ਜੇ ਤਾਂ ਅੰਦਰ ਬੈਠੇ ਮਾਲਕ ਸਲਾਹ ਵੀ ਦਿੰਦੇ ਆ ਜੇ ਕੋਈ ਰੁਕਾਵਟ ਆਈ ਏ ਉਥੇ ਕਹੇਗਾ ਮੈਨੂੰ ਆ ਰੁਕਾਵਟ ਆ ਤੇ ਮਾਲਕ ਉਸ ਰੁਕਾਵਟ ਦਾ ਹੱਲ ਕਰਕੇ ਕਾਲ ਨੂੰ ਸਿੱਧਾ ਡਾਇਰੈਕਟ ਹੁਕਮ ਕਰਦੇ ਨੇ ਵੀ ਆ ਸਹੂਲਤ ਇਹਨੂੰ ਦੇ ਦਿਓ ਤੁਸੀਂ ਕਾਲ ਨੂੰ ਬੇਨਤੀ ਕਰੋਗੇ ਉਹਨੇ ਤੁਹਾਡੀ ਨਹੀਂ ਗੱਲ ਮੰਨਣੀ ਪਰ ਕਿਉਂਕਿ ਕਾਲ ਮਾਲਕ ਦਾ ਨੌਕਰ ਹੈ ਤੁਸੀਂ ਮਾਲਕ ਨੂੰ ਕਹਿ ਦਿਓਗੇ ਮਾਲਕ ਕਾਲ ਨੂੰ ਕਹਿ ਦੇਣਗੇ ਤੁਹਾਡੀ ਗੱਲ ਮੰਨ ਜਾਏਗਾ ਤਰਜੂਲ ਦੇ ਦੇਗਾ ਕਈ ਵਾਰੀ ਅਸੀਂ ਸਹੂਲਤੀ ਐਸੀ ਮੰਗਦੇ ਪਏ ਜਿੰਦੀ ਸਾਨੂੰ ਲੋੜ ਨਹੀਂ ਉਹ ਵੀ ਮਾਲਕ ਸਾਨੂੰ ਗੁਰੂ ਸਾਨੂੰ ਪੂਰਾ ਗੁਰੂ ਸਲਾਹ ਦੇ ਦਿੰਦਾ ਵੀ ਆਹ ਕੰਮ ਨਾ ਕਰੋ ਇਹਦੀ ਲੋੜ ਹੀ ਨਹੀਂ ਤੁਹਾਨੂੰ ਗੱਲ ਤਾਂ ਵੀ ਥੇਰ ਘਰ ਚ ਬੈਠੇ ਸਬਦ ਦੁਆਰਾ ਬੈਠ ਕੇ ਕੋਈ ਗੱਲਬਾਤ ਕਰੇ ਮਾਲਕ ਨਾਲ ਸਲਾਹ ਕਰੇ ਕੋਈ ਉਥੋਂ ਪੁੱਛੇ ਕੋਈ ਦੱਸੇ ਕਿ ਉਥੋਂ ਕੁਝ ਮੰਗੇ ਕੋਈ ਉਸਤੇ ਮਾਲਕ ਨੂੰ ਗੱਲਬਾਤ ਕਰੇ ਅਮਰਤ ਕਾਇਆ ਦੇ ਵਿੱਚ ਪਏਗਾ ਸੁਹੇਲੀ ਹੋ ਜਾਏਗੀ ਫਸਦਾ ਹੀ ਨਹੀਂ ਇੱਥੇ ਦੁਨੀਆ 'ਚ ਹੁਣ ਘਰ ਬੈਠਦਾ ਨਹੀਂ ਪੂਰੇ ਗੁਰੂ ਦਾ ਭੇਤ ਨਹੀਂ ਨਾ ਕੋਈ ਸਲਾਹ ਨਾ ਕੋਈ ਗੱਲ ਨਾ ਬਾਤ ਨਾ ਕੋ ਅੰਮ੍ਰਿਤ ਰਸ ਨਾ ਨਾਦ ਚੀਕਾਂ ਚੀਕਾਂ ਮਾਰੀ ਜਾਂਦਾ ਸਵੇਰ ਤੋਂ ਲੈ ਕੇ ਰਾਤ ਤੱਕ ਚੀਕਾਂ ਹੀ ਮਾਰੀ ਜਾਂਦਾ ਕਾਹਦੀਆਂ ਚੀਕਾਂ ਮਾਰਦਾ ਫੁਰਨਿਆਂ ਦੀ ਦੁਹਾਈ ਪਾ ਰਿਹਾ ਸੁੱਖਾਂ ਦੀ ਦੁਹਾਈ ਪਾ ਰਿਹਾ ਦੁੱਖਾਂ ਦੀ ਦੁਹਾਈ ਪਾ ਰਿਹਾ ਹਾਏ ਮੇਰੇ ਨਾਲ ਆ ਹੋ ਗਿਆ ਹਾਏ ਮੇਰੇ ਨਾਲ ਉਹ ਹੋ ਗਿਆ ਆ ਸਾਡਾ ਕਰਮਾ ਇਸ ਤਰ੍ਹਾਂ ਨਹੀਂ ਬਣਦਾ ਪਿਆ ਉਹ ਸਾਡੇ ਐ ਨਹੀਂ ਹੁੰਦੇ ਪਏ ਦੁਹਾਈ ਪਾਈ ਜਾ ਰਹੀ ਹੈ ਰਸਤਾ ਨਿਕਲੇ ਕਿਥੋਂ ਥਿਰ ਕਰ ਬੈਠੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਥਿਰ ਕਰ ਚ ਬੈਠੋ ਸ਼ਬਦ ਨੂੰ ਸੁਣੋ ਗੁਰਮੰਤਰ ਦਾ ਅਭਿਆਸ ਕਰੋ ਜਾਗਰਤ ਅਵਸਥਾ ਵਿੱਚ ਜਾਣ ਦੇ ਲਈ ਯਤਨ ਕਰੋ ਵੀ ਜੋ ਗੁਰਮਖਾਨੇ ਗੁਰਬਾਣੀ ਵਿੱਚ ਲਿਖਿਆ ਹੈ ਅਸੀਂ ਥਿਰ ਕਰ ਦੇ ਵਿੱਚ ਬੈਠ ਕੇ ਮਾਲਕ ਨਾਲ ਕੋ ਗੱਲਬਾਤ ਕਰੀਏ ਸੰਮੁਖ ਹੋਈਏ ਜਾਗਰਤ ਅਵਸਥਾ ਵਿੱਚ ਬੈਠ ਕੇ ਮਾਲਕ ਨੂੰ ਬੇਨਤੀ ਕਰਨੀ ਸਿੱਖੀਏ ਇਹੀ ਤਾਂ ਅਸੀਂ ਸੰਗਤ ਵਿੱਚੋਂ ਸਿੱਖਣ ਦੇ ਲਈ ਆਉਂਦੇ ਆਂ ਤੇ ਜੇ ਅਸੀਂ ਸੰਗਤ ਵਿੱਚ ਬੈਠ ਕੇ ਖੇੜ ਹੀ ਨਹੀਂ ਸਿੱਖੀ ਤੇ ਫਿਰ ਤਾਂ ਮਨ ਉਸੇ ਤਰ੍ਹਾਂ ਪੰਜਾਂ ਦੂਤਾਂ ਦੇ ਵਾਸੇ ਇਸ ਤਰ੍ਹਾਂ ਫਿਰ ਸੱਚੇ ਪਾਤਸ਼ਾਹ ਸਾਨੂੰ ਸਮਝਾਉਣ ਲੱਗੇ ਪੂਰੇ ਗੁਰ ਕਾ ਸੁਣ ਉਪਦੇਸ਼ ਫਾਰ ਬਰਮ ਨਿਕਟ ਕਰ ਪਏ ਇੱਕ ਕਲਯੁਗ ਦੇ ਵਿੱਚ ਇੱਕ ਹੀ ਹੱਲ ਹੈ ਜੇ ਤੁਸੀਂ ਗੁਰਬਾਣੀ ਗੁਰੂ ਦੇ ਮੁਤਾਬਕ ਬਾਣੀ ਨੂੰ ਪੜ੍ਹ ਕੇ ਥਿਰ ਘਰ ਚ ਬੈਠਣਾ ਸਿੱਖ ਗਏ ਸੱਚ ਦੀ ਭਗਤੀ ਕਰਨੀ ਸਿੱਖ ਗਏ ਤਾਂ ਤੁਸੀਂ ਨਿਕਲ ਜਾਓਗੇ ਤੇ ਜੇ ਤੁਸੀਂ ਇਸ ਅਵਸਥਾ ਦੇ ਵਿੱਚ ਬੈਠਣਾ ਨਹੀਂ ਸਿੱਖੇ ਤਾਂ ਫਿਰ ਤੁਹਾਡਾ ਮਨ ਜਾਂ ਤਾਂ ਨਸ਼ੇ ਦਾ ਸਹਾਰਾ ਲਏਗਾ ਜਾਂ ਕਿਸੇ ਦੁਬਧਾ ਦਾ ਸਹਾਰਾ ਲਏਗਾ ਚਾਹ ਫਿਰ ਕਿਸੇ ਨਾ ਕਿਸੇ ਐਸੀ ਅੜਚਣ ਦੇ ਵਿੱਚ ਲੈ ਜਾਏਗਾ ਘਮਣ ਘੇਰੀ ਚ ਫਸ ਜਾਏਗਾ ਜਿੱਥੇ ਕਾਲ ਤੁਹਾਨੂੰ ਰਗੜਦਾ ਰਹੇਗਾ ਇਹ ਸਾਰਾ ਜਿਹੜੇ ਭਗਤੀ ਨਹੀਂ ਜੀਵ ਕਰਦੇ ਉਹਨਾਂ ਦੇ ਲਈ ਹੈ ਇਸ ਕਰਕੇ ਸਾਨੂੰ ਕਿਹਾ ਕੱਲ ਮੈਂ ਇਹੋ ਪੁੰਨ ਗੁਰੂ ਗੋਬਿੰਦ ਗਾਇ ਉਠਤ ਬੈਠਤ ਸੋਬਤਨਾ ਉੜਦੇ ਬੈੰਦੇ ਸੋੰਦੇ ਅਭਿਆਸ ਕਰੀ ਜਾਓ ਇੱਕ ਤਾਂ ਜੋ ਜਨਮ ਜਿਉਂਦਿਆਂ ਦਿੱਕਤਾਂ ਆਉਂਦੀਆਂ ਨੇ ਉਹ ਮਾਲਕ ਪਾਸੇ ਕਰੀ ਜਾਂਦੇ ਆ ਕਿਉਂਕਿ ਖੇਲ ਉਹਨਾਂ ਦੀ ਆਪਦੀ ਹੈ ਦੁਨੀਆ ਉਹਨਾਂ ਦਾ ਆਪਦੀ ਹੈ ਸਾਨੂੰ ਵੀ ਉਹਨਾਂ ਨੇ ਹੀ ਬਣਾਇਆ ਸਾਡਾ ਇੱਥੇ ਕੁਝ ਨਹੀਂ ਅਸੀਂ ਖੇਡਣ ਆਏ ਆ ਸ਼ਬਦ ਅਭਿਆਸ ਕਰਾਂਗੇ ਆਪੇ ਜੰਜਾਲਾਂ ਚੋਂ ਕੱਢ ਕੇ ਲੈ ਜਾਂਦੇ ਪਾਰ ਕਰਾ ਦਿੰਦੇ ਆ ਦੂਜਾ ਫਿਰ ਪੰਜਾਂ ਦਾ ਭੇਤ ਆ ਗਿਆ ਆਤਮਾ ਦਾ ਭੇਤ ਆ ਗਿਆ ਜੋ ਪ੍ਰਮਾਨਾ ਅਸੀਂ ਲੈ ਕੇ ਆਏ ਸੀ ਉਹਦਾ ਭੇਤ ਆ ਗਿਆ ਨਾਲ-ਨਾਲ ਸਾਡੀ ਭਗਤੀ ਜੁੜੀ ਜਾਂਦੀ ਹੈ ਤੇ ਜਨਮ ਸੁਹੇਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਗੁਰਮਖ ਪਿਆਰਿਓ ਗੁਰੂ ਵਾਲੇ ਬਣ ਕੇ ਚੱਲੋ ਸੰਗਤ ਵਿੱਚੋਂ ਸਾਰੀ ਖੇਡ ਨੂੰ ਸਿੱਖ ਲਓ। ਤੁਹਾਡਾ ਕਲਯੁਗ ਦੇ ਵਿੱਚ ਜੀਵਨ ਸੌਖਾ ਹੋ ਜਾਏਗਾ। ਨਹੀਂ ਤਾਂ ਇਸੇ ਤਰ੍ਹਾਂ ਕਦੇ ਕੋਈ ਮੰਗ, ਕਦੇ ਕੋਈ ਮੰਗ, ਕਦੇ ਕੋਈ ਡਿਮਾਂਡ, ਕਦੇ ਕਿਸੇ ਪਾਸੇ ਧਿਆਨ, ਕਦੇ ਕਿਸੇ ਪਾਸੇ ਧਿਆਨ ਤੇ ਦੁਖੀ ਹੋਈ ਜਾਂਦੇ ਹੋ। ਦਿਨ ਵੀ ਨਿਕਲ ਜਾਂਦਾ ਹੈ, ਰਾਤ ਵੀ ਨਿਕਲ ਜਾਂਦੀ ਹੈ ਪਰ ਮਨ ਦਾ ਦੁੱਖ ਨਹੀਂ ਤੁਹਾਡਾ ਟੁੱਟਦਾ ਪਿਆ। ਸਮਾਂ ਲੰਘਦਾ ਪਿਆ। ਜੀਵਨ ਜਿੰਨਾ ਤੁਹਾਨੂੰ ਦਿੱਤਾ ਉਹ ਵੀ ਖਤਮ ਹੋਈ ਜਾਂਦਾ ਹੈ ਦਿਨ ਤੇ ਰਾਤ ਵੀ ਲੰਗੀ ਜਾਂਦੇ ਆ ਤੇ ਇਹ ਵੀ ਪਤਾ ਹੈ ਕਿ ਦੇਖੋ ਦਿਨ ਰਾਤ ਲੰਘ ਹੈ ਕੱਲ ਵੀ ਲੰਘਾ ਪਰਸੋਂ ਪਤਾ ਨਹੀਂ ਮੈਨੂੰ ਕਦੋਂ ਮਾਲਕ ਨੇ ਵਖਰੇਆ ਕਰ ਲੈਣਾ ਤੇ ਫਿਰ ਮੁੜ ਕੇ ਮੈਂ ਇਹਨਾਂ ਸੰਜੋਗੀਆਂ ਨਾਲ ਮਿਲਣਾ ਵੀ ਹੈ ਕਿ ਨਹੀਂ ਜਿਨ੍ਹਾਂ ਦਾ ਨਜਾਇਜ਼ ਭਾਰ ਮੈਂ ਮੇਰੇ ਸਿਰ ਤੇ ਪੰਡਾ ਚੱਕੀਆਂ ਹੋਈਆਂ ਨੇ ਜਦੋਂ ਮੈਂ ਇਥੋਂ ਨਿਕਲ ਗਿਆ ਪਤਾ ਨਹੀਂ ਇਹ ਕਿੱਥੇ ਤੇ ਪਤਾ ਨਹੀਂ ਮੈਂ ਕਿੱਥੇ ਤੇ ਗਾਂਹ ਪਤਾ ਨਹੀਂ ਕਿੱਥੇ ਜਾਊਂਗਾ ਨਜਾਇਜ਼ ਪੰਡਾ ਸਿਰ ਤੇ ਰੱਖੀਆਂ ਹੋਈਆਂ ਨੇ ਤੇ ਚੀਕਾ ਮਾਰੀ ਜਾਂਦਾ ਦਿਨ ਰਾਤ ਚੀਕਾ ਮਾਰ ਰਿਹਾ ਨਾਲੇ ਮਾਲਕ ਦੇ ਘਰੋਂ ਝੂਠਾ ਨਾਲੇ ਆਪ ਦੇ ਮਨ ਤੋਂ ਝੂਠਾ ਨਾ ਕੋ ਅਮਰਤ ਰਸ ਨਾ ਕੋ ਨਾਮ ਨਾ ਭਗਤੀ ਸਾਰਾ ਦਿਨ ਝੂਠੇ ਦੇ ਨਾਲ ਪੰਜੇ ਝੂਠੇ ਤੇ ਉਹਨਾਂ ਨੇ ਮਨ ਨੂੰ ਵੀ ਝੂਠਾ ਕਰ ਲਿਆ ਸਾਰਾ ਦਿਨ ਸ਼ੋਰ ਮਚਾਉਂਦਾ ਹੁਣ ਪੰਜਾਂ ਨੇ ਖੇਡ ਬਣਾ ਲਈ ਵੀ ਇਹਦਾ ਧਿਆਨ ਹੀ ਐਸੇ ਫੁਰਨਿਆਂ ਚ ਲਵਾ ਦਿਓ ਜੋ ਇਹਨੂੰ ਮਿਲਣਾ ਹੀ ਨਹੀਂ ਆਪੇ ਉਧਰ ਸੋਚਦਾ ਰਹੇਗਾ ਤੇ ਨਾ ਅਭਿਆਸ ਕਰੇਗਾ ਨਾ ਕੋਈ ਆਪਾ ਖੜੇ ਖੜਾਈ ਜਿੱਤ ਜਾਂਦੇ ਜੀਵਨ ਦਾ ਲਾਹਾ ਨਹੀਂ ਲੈਣ ਦਿੰਦੇ ਸਾਨੂੰ ਇਸ ਕਰਕੇ ਗੁਰਮੁਖ ਪਿਆਰਿਓ ਆਪਾਂ ਇਸ ਤਰ੍ਹਾਂ ਰੋਲਾ ਨਾ ਪਾਈਏ ਜੀਵਨ ਤਾਂ ਨਿਕਲਦਾ ਹੀ ਪਿਆ ਦਿਨ ਤੇ ਰਾਤ ਨਿਕਲਦੀ ਪਿਆ ਪਰ ਦੁੱਖ ਵਿੱਚ ਕਿਉਂ ਘਟ ਰਿਹਾ ਇਹ ਜੀਵਨ ਨੂੰ ਇਹਨਾਂ ਜੀਵਨ ਨੂੰ ਦੁਖੀ ਕਰ ਲਿਆ ਭਾਰਾ ਕਰ ਲਿਆ ਤਕੇ ਨਾਲ ਟੈਨਸ਼ਨਾਂ ਲੈ ਲਈਆਂ ਤਕੇ ਨਾਲ ਫੁਰਨੇ ਲੈ ਲੈ ਕੇ ਆਪਦੇ ਉੱਪਰ ਲੋਡ ਪਾ ਲਿਆ ਫਿਰ ਕਦੇ ਹੁਣ दारू ਦਾ ਸਹਾਰਾ ਲੈਂਦੇ ਆ ਕਦੇ ਕੋਫੀਨ ਖਾਂਦਾ ਕੋਈ ਗੋਲੀਆਂ ਖਾਂਦਾ ਕੋਈ ਡਾਕਟਰਾਂ ਕੋਲ ਜਾਂਦਾ ਕਿਉਂ ਮਨ ਨੂੰ ਸ਼ਾਂਤੀ ਮਿਲੇ ਤੇ ਜਿਹੜਾ ਸ਼ਬਦ ਹੈ ਜਿਸ ਨੇ ਮਨ ਨੂੰ ਸ਼ਾਂਤੀ ਵੀ ਦੇਣੀ ਹੈ ਮਨ ਨੂੰ ਮੁਕਤੀ ਵੀ ਦਿਵਾਉਣੀ ਹੈ ਮਨ ਨੂੰ ਪ੍ਰਵਾਹਨ ਵੀ ਕਰਾਉਣਾ ਉਹ ਨਹੀਂ ਜਪਣਾ ਇਹ ਜਦੋਂ ਤੁਸੀਂ ਜਪਦੇ ਹੋ ਜਿਹੜਾ ਤੁਹਾਨੂੰ ਅੰਦਰੋਂ ਵਿਚਾਰ ਆਉਂਦੇ ਆ ਤੁਹਾਡੀ ਗੰਦਗੀ ਨਿਕਲਦੀ ਆ ਸੋ ਜਪਦਿਆਂ ਵਿਚਾਰ ਆਉਂਦੇ ਆ ਪ੍ਰਵਾਹ ਨਾ ਕਰੋ ਜਪੀ ਜਾਓ ਜਪੀ ਜਾਓ ਜਦੋਂ ਗੰਦਗੀ ਨਿਕਲ ਗਈ ਆਪਣੇ ਵਿਚਾਰ ਹਟ ਜਾਣਗੇ ਸਿਮਰਨ ਨਹੀਂ ਕਰਨਾ ਛੱਡਣਾ ਆਪ ਵੀ ਕਰਨਾ ਹੈ ਸੰਗਤ ਵਿੱਚ ਆਓ ਤੇ ਉੱਥੇ ਫਿਰ ਛੇਤੀ ਜੁੜਦਾ ਕਿਉਂਕਿ ਲਾਹਾ ਵੱਡਾ ਹੈ ਕਰ ਸਾਧੂ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਜਿਵੇਂ ਜਿਵੇਂ ਸਾਧੂਆਂ ਦਾ ਸੰਗ ਕਰੋਗੇ ਮਹਾਰਾਜ ਕਹਿੰਦੇ ਬੜਾ ਵੱਡਾ ਪੁੰਨ ਹੈ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ ਡੰਡੌਤ ਕਰੋ ਸੋ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੀ ਤੇ ਕਿਰਪਾ ਕਰਨ ਸਾਰੇ ਗੁਰਮਖਫੀਆ ਤੇ ਇਹ ਜੋ ਯਤਨ ਕਲਯੁਗ ਦੇ ਵਿੱਚ ਕਲਾ ਦੇ ਯੁਗ ਵਿੱਚ ਮਾਲਕ ਨੇ ਆਪਾਂ ਨੂੰ ਦਿੱਤਾ